ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ ਝਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਦ ਪੰਜਾਬੀ ਦਾ ਪਰ ਸਾਡੇ ਕਈ ਪੰਜਾਬੀ ਭਰਾਵਾਂ ਨੇ ਮੇਰੇ ਵਰਗਿਆਂ ਨੇ ਅਸੀਂ ਤਾਂ ਮਿੱਟੀ ਕਰ ਦਿੱਤਾ ਏ ਸੋਨਾ ਗਾਲ ਪੰਜਾਬੀ ਦਾ ਅਸੀਂ ਤਾਂ ਮਿੱਟੀ ਕਰ ਦਿੱਤਾ ਏ ਸੋਨਾ ਗਾਲ ਪੰਜਾਬੀ ਦਾ ਬਾਬਾ ਨਜ਼ਰ ਸਾਹਿਬ ਦੀਆਂ ਇਹ ਲਾਈਨਾਂ ਨੇ ਬੜੀਆਂ ਖੂਬਸੂਰਤ ਲਾਈਨਾਂ ਨੇ ਔਰ ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ ਇਹਨਾਂ ਲਾਈਨਾਂ ਦੇ ਨਾਲ ਮੈਂ ਸਭ ਦਾ ਸਵਾਗਤ ਕਰਦਾ ਜਗਤਾਰ ਸਿੰਘ ਜੰਗੀ ਜਿੰਨੇ ਵੀ ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਇਸ ਸਮੇਂ ਜਸ ਪੰਜਾਬੀ ਨਾਲ ਜੁੜੇ ਨੇ ਸਭ ਦਾ ਬਹੁਤ ਬਹੁਤ ਸਵਾਗਤ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐ ਬਾਬਾ ਨਜ਼ਮੀ ਦੀਆਂ ਇਹਨਾਂ ਲਾਈਨਾਂ ਦੇ ਵਿੱਚ ਪੰਜਾਬੀ ਦੀ ਗੱਲ ਕੀਤੀ ਹੈ ਤੇ ਜਦੋਂ ਅਸੀਂ ਪੰਜਾਬੀ ਦੀ ਗੱਲ ਕਰਦੇ ਆ ਤਾਂ ਫਿਰ ਪੰਜਾਬੀਆਂ ਦੀ ਗੱਲ ਮੱਲੋ ਮੱਲੀ ਨਾਲ ਆ ਜਾਂਦੀ ਆ ਜਦੋਂ ਪੰਜਾਬੀਆਂ ਦੀ ਗੱਲ ਆਉਂਦੀ ਆ ਤੇ ਫਿਰ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਦੀ ਗੱਲ ਕਰਨੀ ਬਣਦੀ ਆ ਅਕਸਰ ਅਸੀਂ ਪੰਜਾਬੀਆਂ ਦੀ ਗੱਲ ਪੰਜਾਬੀ ਦੇ ਵਿੱਚ ਤੇ ਪੰਜਾਬੀਆਂ ਦੇ ਨਾਲ ਗੱਲਬਾਤ ਕਰੀਦੀ ਹੈ ਮਤਲਬ ਕਹਿਣ ਦਾ ਤੁਹਾਡੀਆਂ ਕਾਲਾਂ ਜਿਹੜੀਆਂ ਉਹ ਲਾਈਵ ਲਈਦੀਆਂ ਪਰ ਹੁਣ ਜਿਵੇਂ ਸਾਡੇ ਦਰਸ਼ਕਾਂ ਨੂੰ ਪਤਾ ਹੈ ਜੀ ਕਿ ਅਸੀਂ ਬਾਹਰਲੇ ਟੂਰ ਤੇ ਆਏ ਹੋਏ ਹਾਂ ਰੋਡ ਟ੍ਰਿਪ ਸਾਡਾ 200 21 ਦਾ ਜਿਹੜਾ ਪਹਿਲਾ ਟ੍ਰਿਪ ਖਾਸ ਕਰੋਨਾ ਜਿਹੜਾ ਕਹਿ ਸਕਦੇ ਹਾਂ ਰੋਡ ਟ੍ਰਿਪ ਸਾਡਾ ਪਹਿਲਾ ਸੀਗਾ ਤੇ ਤਕਰੀਬਨ ਹੁਣ ਸੈਨੂ ਜਾ ਰਿਹਾ ਇਹਦੇ ਚ ਅਸੀਂ ਮਿਡ-वेस्ट ਦੇ ਵਿੱਚ ਆਏ ਹੋਏ ਸੀਗੇ ਮਿਡ-वेस्ट ਦੇ ਵਿੱਚ ਅਸੀਂ ਕਿੰਨੇ ਵੀ ਨੇੜੇ ਪੈਂਦੀਆਂ ਨੇ ਥਾਵਾਂ ਨੇ ਉੱਥੇ ਜਾ ਕੇ ਅਸੀਂ ਪੰਜਾਬੀਆਂ ਦੇ ਵਿੱਚ ਵਿਚਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀਆਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀਆਂ ਨੂੰ ਪੰਜਾਬੀਆਂ ਨਾਲ ਮਲਾਉਣ ਦੀ ਕੋਸ਼ਿਸ਼ ਕੀਤੀ ਹੈ ਫੇਰ ਜਦੋਂ ਵੀ ਕਿਤੇ ਜਾਈਏ ਸ਼ਹਿਰ ਦੇ ਵਿੱਚ ਤਾਂ ਸਾਡੇ ਦਰਸ਼ਕ ਜਿਹੜੇ ਘਰਾਂ ਵਿੱਚ ਬੈਠੇ ਸਾਡੇ ਨਾਲ ਜੁੜਦੇ ਨੇ ਹਮੇਸ਼ਾ ਉਨ੍ਹਾਂ ਦੀ ਇਹ ਤਾਂਗ ਹੁੰਦੀ ਹੈ ਕਿ ਅਸੀਂ ਉਸ ਸ਼ਹਿਰ ਬਾਰੇ ਵੀ ਜਾਣੀਏ ਕਿਉਂਕਿ ਹਰ ਸ਼ਹਿਰ ਦੇ ਵੱਖਰੇ ਵੱਖਰੇ ਰੰਗ ਨੇ ਵੱਖਰੇ ਵੱਖਰੇ ਨਜ਼ਾਰੇ ਨੇ ਤੇ ਮਿਡ-वेस्ट ਦੀ ਗੱਲ ਕਰੀਏ ਤਾਂ ਮਿਡ-वेस्ट ਵੀ ਤਕਰੀਬਨ ਤਕਰੀਬਨ ਈਸਟ ਕੋਸਟ ਵਰਗਾ ਹੀ ਹੈਗਾ ਇਹਦੇ ਵਿੱਚ ਕਾਫੀ ਸਨੋ ਪੈਂਦੀ ਹੈ ਕਾਫੀ ਠੰਡ ਪੈਂਦੀ ਹੈ ਜੇ ਅਸੀਂ ਕੈਲੀਫੋਰਨੀਆ ਦੇ ਮੁਕਾਬਲੇ ਦੀ ਗੱਲ ਕਰੀਏ ਤਾਂ ਤਕਰੀਬਨ ਤਕਰੀਬਨ ਮੈਂ ਕਹਿ ਸਕਦੇ ਆ ਕਿ ਵਾਹ ਵਾ ਫਰਕ ਹੈ 19 21 ਦਾ ਫਰਕ ਨਹੀਂ ਹੈ ਤੇ ਜ਼ਮੀਨ ਅਸਮਾਨ ਦਾ ਵੀ ਫਰਕ ਨਹੀਂ ਹੈ ਸਿਰਫ ਵਾਵਾ ਫਰਕ ਹੈਗਾ ਠੰਡ ਠੰਡ ਦਾ ਅਜੇ ਵੀ ਠੰਡ ਕਾਫੀ ਇੱਥੇ ਹੈਗੀ ਆ ਅਰਾਊਂਡ 50 ਡਿਗਰੀ ਫਾਰਨਹਾਈਟ ਜਿਹੜਾ ਪ੍ਰੋਗਰਾਮ ਹੈ ਟੈਂਪਰੇਚਰ ਉਹ ਹੈਗਾ ਇੱਥੇ ਇੰਡੀਆਨਾ ਦੇ ਵਿੱਚ ਇੰਡੀਅਨ ਐਪਲਸ ਇੰਡੀਅਨ ਐਪਲਸ ਨਾਲ ਵੈਸੇ ਹੀ ਸਾਡੇ ਦਰਸ਼ਕਾਂ ਦਾ ਸਾਰਿਆਂ ਦਾ ਇੱਥੇ ਰਹਿਣ ਵਾਲਿਆਂ ਦਾ ਬਹੁਤ ਜ਼ਿਆਦਾ ਮੋਹ ਹੈ ਇੰਡੀਆਨਾ ਦੇ ਨਾਲ ਤੇ ਇੰਡੀਅਨ ਐਪਲਸ ਦੇ ਨਾਲ ਉਹਦਾ ਕਾਰਨ ਇਹ ਹੈ ਜੀ ਵੀ ਇਹ ਨਾਮ ਸਾਡੇ ਭਾਰਤ ਦੇ ਨਾਲ ਮਿਲਦਾ ਜੁਲਦਾ ਹੈ ਇਸ ਕਰਕੇ ਬਾਰੇ ਲੋਕ ਇੱਥੇ ਅੱਜ ਕੱਲ ਮੂਵ ਹੋ ਰਹੇ ਨੇ ਰਸਈ ਅਗਰ ਗੱਲ ਕਰੀਏ ਪਹਿਲੇ ਸਮੇਂ ਦੀ ਤੇ ਅੱਜ ਦੀ ਹੁਣ ਇੰਡੀਆਨਾ ਦੇ ਵਿੱਚ ਬਹੁਤ ਵੱਡੇ ਪੱਦਰ ਤੇ ਪੰਜਾਬੀ ਮੂਵ ਹੋਏ ਨੇ ਵੱਡੇ ਪੱਦਰ ਤੇ ਕੰਪਨੀਆਂ ਮੂਵ ਹੋਈਆਂ ਨੇ ਇੱਥੇ ਜਿਹੜੀਆਂ ਈਵਨ ਕੈਲੀਫੋਰਨੀਆ ਤੋਂ ਇੱਥੇ ਮੂਵ ਹੋਏ ਨੇ ਕਈ ਨਿਊਯਾਰਕ ਤੋਂ ਇੱਥੇ ਮੂਵ ਹੋਏ ਨੇ ਔਰ ਕਾਰਨ ਉਹਦਾ ਇਹ ਦੱਸਿਆ ਜਾਂਦਾ ਜੀ ਇੱਕ ਤਾਂ ਕਹਿੰਦੇ ਵੀ ਉਥੇ ਜੇ ਅਸੀਂ ਕੋਈ ਬਿਜ਼ਨਸ ਵੇਚਦੇ ਜਾਂ ਘਰ ਵੇਚਦੇ ਆ 8-10 ਲੱਖ ਦਾ ਇੱਥੇ ਆ ਕੇ 4 ਲੱਖ ਦਾ ਘਰ ਤੇ 4 ਲੱਖ ਦਾ ਬਿਜ਼ਨਸ ਵਧੀਆ ਸਟਾਰਟ ਹੋ ਸਕਦਾ ਹੈ ਨੰਬਰ 1 ਨੰਬਰ 2 ਇਹ ਆ ਜੀ ਵੀ ਇੱਥੇ ਟੈਕਸ ਵਗੈਰਾ ਵੀ ਸ਼ਾਇਦ ਘਟਾ ਹੈ ਇੰਡੀਅਨ ਗਵਰਨਮੈਂਟ ਇੰਡੀਆਨਾ ਦੀ ਜਿਹੜੀ ਆ ਉਹ ਵੀ ਕਾਫੀ ਸਪੋਰਟ ਕਰਦੀ ਆ ਇੱਥੇ ਨਵੇਂ ਬਿਜ਼ਨਸ ਖੋਲਣ ਵਾਲਿਆਂ ਨੂੰ ਇੱਥੇ ਨਵੀਂ ਗੱਲਬਾਤ ਕਰਨ ਵਾਲਿਆਂ ਨੂੰ ਰਾਤੀ ਅਸੀਂ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਫਿਲਮ ਇੰਡਸਟਰੀ ਵਾਲੇ ਲੋਕ ਵੀ ਕੋਈ ਇੱਥੇ ਸ਼ੂਟਿੰਗ ਕਰਨਾ ਚਾਹੁੰਦੇ ਨੇ ਇੱਥੇ ਕੰਮਕਾਰ ਕਰਨਾ ਚਾਹੁੰਦੇ ਨੇ ਤਾਂ ਉਹ ਆਰਾਮ ਦੇ ਨਾਲ ਕਰ ਸਕਦੇ ਆ ਸੋ ਅੱਜ ਦਾ ਪ੍ਰੋਗਰਾਮ ਅਸੀਂ ਤੁਹਾਡੇ ਰੂਬਰੂ ਕਰਨਾ ਜੀ ਇੱਥੇ ਇੰਡੀਆਨਾ ਦੇ ਵਿੱਚ ਇੰਡੀਅਨ ਐਪਲਸ ਦੇ ਵਿੱਚ ਜਿਹੜਾ ਡਾਊਨਟਾਊਨ ਹੈਗਾ ਉਹਦੇ ਵਿੱਚ ਅਸੀਂ ਅੱਜ ਪ੍ਰੋਗਰਾਮ ਪੇਸ਼ ਕਰ ਰਹੇ ਆਂ ਔਰ ਮੇਰੇ ਪਿੱਛੇ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਵਾਰ ਫਾਰ ਯੂਨੀਅਨ ਜਿਹੜੀ ਲੜਾਈ ਹੈਗੀ ਇੰਡੀਅਨ ਐਪਲਸ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਇਹ ਬਣਾਇਆ ਹੋਇਆ ਹੈਗਾ ਸਾਰਾ ਔਰ 1861 ਤੋਂ ਲੈ ਕੇ 1865 ਤੱਕ ਜਿਹੜੀ ਇੱਥੇ ਲੜਾਈ ਹੋਈ ਹੈ ਜਾਂ ਫਿਰ ਜਿਹੜੇ ਇੱਥੇ ਸ਼ਹੀਦ ਹੋਏ ਨੇ ਉਸ ਲੜਾਈ ਦੇ ਵਿੱਚ ਉਹਨਾਂ ਦੀ ਯਾਦ ਤਾਜ਼ਾ ਕਰਵਾਉਂਦਾ ਇਹ ਟਾਵਰ ਜਿਹੜਾ ਤੁਸੀਂ ਨਾਲ ਪਿੱਛੇ ਦੇਖ ਰਹੇ ਹੋ ਤੇ ਨਾਲ-ਨਾਲ ਬਾਕੀ ਵੀ ਤੁਹਾਨੂੰ ਇੱਥੋਂ ਨਜ਼ਾਰੇ ਦਿਖਾਵਾਂਗੇ ਇੰਡੀਅਨ ਐਪਲਸ ਦੀ ਹੋਰ ਜਾਣਕਾਰੀ ਆ ਉਹ ਵੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਬੇਨਤੀ ਕਰਦੇ ਹਾਂ ਜੀ ਜਿੰਨੇ ਵੀ ਸਾਡੇ ਦਰਸ਼ਕ ਸਾਡੇ ਨਾਲ ਜੁੜਦੇ ਆ ਟੂਰ ਹੁਣ ਸ਼ੁਰੂ ਹੋ ਗਿਆ ਵੈਕਸੀਨ ਦੇ ਟੀਕੇ ਤਕਰੀਬਨ ਸਭ ਨੂੰ ਲੱਗ ਹੀ ਜਾਂਦੇ ਧੜ ਧੜ ਲੱਗ ਹੀ ਜਾਂਦੇ ਆ ਅਮਰੀਕਾ ਦੇ ਵਿੱਚ ਸੰਭਾਵਨਾ ਇਹ ਹੈ ਵੀ ਆਪਾਂ ਜੂਨ ਦੇ ਅੰਤ ਤੱਕ ਸਾਰਿਆਂ ਦੇ ਵੈਕਸੀਨ ਲੱਗ ਜਾਏਗੀ ਫਿਰ ਜਿੱਥੇ ਵੈਕਸੀਨ ਲੱਗਣ ਤੋਂ ਬਾਅਦ ਕੰਮ ਹੋਏਗੀ ਗੱਲ ਹੋਏਗੀ ਕਿ ਵਿਆਹ ਸ਼ਾਦੀਆਂ ਦਾ ਮਾਹੌਲ ਸ਼ੁਰੂ ਹੋ ਜਾਏਗਾ ਫਿਰ ਉਸੇ ਤਰ੍ਹਾਂ ਜੱਪੀਆਂ ਪਹਿਨਗੀਆਂ ਭੰਗੜੇ ਪੈਣਗੇ ਤੇ ਨਾਲ ਦੀ ਨਾਲ ਜਿਹੜੇ ਹੋਰ ਕੰਮ ਸ਼ੁਰੂ ਹੋਣਗੇ ਉਹ ਹੈਗੀਆਂ ਨੇ ਧਾਰਮਿਕ ਇਵੈਂਟਸ ਕਿਉਂਕਿ ਲੋਕ ਬੜੀ ਧੀਰਤ ਤੋਂ ਅੰਦਰ ਤੜੇ ਬੈਠੇ ਨੇ ਤੇ ਅੱਕੇ ਪਏ ਨੇ ਹੁਣ ਤਾਂ ਇਉਂ ਪ੍ਰੋਗਰਾਮ ਸ਼ੁਰੂ ਹੋਣਗੇ ਜੀ ਵੈਸੇ ਇਦਾਂ ਦੇ ਪ੍ਰੋਗਰਾਮ ਸ਼ੁਰੂ ਹੋ ਜਾਣਗੇ ਵੀ ਜਿਵੇਂ ਇੱਕਦਮ ਗੜ ਆ ਜੂਗਾ ਪ੍ਰੋਗਰਾਮਾਂ ਦਾ ਉਹਦੇ ਵਿੱਚ ਚਾਹੇ ਅਸੀਂ ਗੱਲ ਕਰੀਏ ਧਾਰਮਿਕ ਪ੍ਰੋਗਰਾਮਾਂ ਦੀ ਤੇ ਚਾਹੇ ਗੱਲ ਕਰੀਏ ਸਭਿਆਚਾਰਕ ਮੇਲਿਆਂ ਦੀ ਔਰ ਹੁਣ ਤੋਂ ਹੀ ਸਾਡੇ ਪੰਜਾਬੀ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੇ ਸਾਡੇ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ ਵੀ ਭਾਈ ਅਸੀਂ ਹੁਣ ਕੋਵਿਡ ਖਤਮ ਹੋਣ ਤੋਂ ਬਾਅਦ ਮੇਲਾ ਕਰਾਉਣਾ ਹੈ ਬਹੁਤ ਸਾਰੇ ਗੁਰੂ ਘਰਾਂ ਤੋਂ ਸਾਨੂੰ ਸੁਨੇਹੇ ਆਉਣੇ ਸ਼ੁਰੂ ਹੋ ਗਏ ਆ ਕਿ ਅਸੀਂ ਬਹੁਤ ਜਲਦੀ ਕੀਰਤਨ ਜਿਹੜੇ ਨੇ ਜਾਂ ਅੱਗੇ ਸਵਾਗਤ ਆ ਰਹੇ ਨੇ ਪ੍ਰਕਾਸ਼ਪੁਰਬ ਆ ਰਹੇ ਨੇ ਪ੍ਰਕਾਸ਼ ਚੀਜ ਦੀ ਦਿਹਾੜੇ ਆ ਰਹੇ ਨੇ ਅਸੀਂ ਉਹ ਮਨਾਉਣੇ ਆ ਗੁਰੂ ਘਰ ਦੇ ਵਿੱਚ ਤੇ ਤੁਸੀਂ ਲਾਈਵ ਪਹਿਲਾਂ ਵਾਂਗੂ ਪੂਰੀ ਦੁਨੀਆ ਦੇ ਵਿੱਚ ਦਿਖਾਉਣਾ ਹੈ ਤੇ ਉਹਦੇ ਵਾਸਤੇ ਅਸੀਂ ਬਿਲਕੁਲ ਤਿਆਰ ਬਰ ਤਿਆਰ ਆ ਜੀ ਸਾਡੀ ਨਿਊਯਾਰਕ ਟੀਮ ਵੀ ਤਿਆਰ ਹੈ ਅਸੀਂ ਗੱਲ ਕਰੀਏ ਤੇ ਕੈਲੀਫੋਰਨੀਆ ਟੀਮ ਜਿਹੜੀ ਆ ਉਹ ਵੀ ਸਾਡੀ ਬਿਲਕੁਲ ਤਿਆਰ ਬੈਠੀ ਆ ਹਰ ਤਰ੍ਹਾਂ ਦੇ ਪ੍ਰੋਗਰਾਮ ਕਰਨ ਲਈ ਹਰ ਤਰ੍ਹਾਂ ਦੇ ਸਮਾਗਮ ਲਾਈਵ ਦਿਖਾਉਣ ਵਾਸਤੇ ਸੋ ਤੁਸੀਂ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਈਮੇਲ ਕਰ ਸਕਦੇ ਹੋ menu jaggi@broadcastings.com ਜਾਂ ਫਿਰ info@broadcastings.com ਫੇਸਬੁੱਕ ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਸੈੱਲ ਨੰਬਰ ਮੇਰਾ 2094053362 ਕਿਤੇ ਵੀ ਕੋਈ ਇਵੈਂਟ ਤੁਹਾਡੀ ਹੁੰਦੀ ਹੈ ਉਹ ਜ਼ਰੂਰ ਸੰਪਰਕ ਕਰ ਸਕਦੇ ਹੋ ਇੱਕ ਬ੍ਰੇਕ ਲੈਨੇ ਆ ਜੀ ਇੱਕ ਬ੍ਰੇਕ ਲੈਨੇ ਆ ਤੇ ਬ੍ਰੇਕ ਤੋਂ ਬਾਅਦ ਜਿਹੜੀ ਹੈ ਅਗਲੀ ਗੱਲਬਾਤ ਇੱਥੇ ਜ਼ਰੂਰ ਜਾਣਨ ਦੀ ਹੋਰ ਕੋਸ਼ਿਸ਼ ਕਰਾਂਗੇ ਸਾਡੇ ਜਿੰਨੇ ਵੀ ਇੱਥੇ ਮਹਿਮਾਨ ਹੈਗੇ ਨੇ ਇੰਡੀਅਨ ਐਪਲਸ ਦੇ ਵਿੱਚ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਇੱਥੇ ਹੈਗਾ ਤੇ ਕੱਲ ਦਾ ਦਿਨ ਅਸੀਂ ਇੱਥੇ ਹੈਗੇ ਆ ਕੱਲ ਭਾਵ ਸ਼ੁੱਕਰਵਾਰ ਸ਼ੁੱਕਰਵਾਰ ਦਾ ਦਿਨ ਅਸੀਂ ਇੱਥੇ ਆ ਗਏ ਸ਼ਨੀਵਾਰ ਅਸੀਂ ਵਾਪਸ ਕੈਲੀਫੋਰਨੀਆ ਜਾਵਾਂਗੇ ਤੇ ਸ਼ਨੀਵਾਰ ਤੋਂ ਬਾਅਦ ਪ੍ਰੋਗਰਾਮ ਜਿਹੜੇ ਉਥੋਂ ਤੁਹਾਨੂੰ ਤੁਹਾਡੇ ਰੂਬਰੂ ਕਰਾਂਗੇ ਸੋ ਕੋਈ ਵੀ ਸੰਪਰਕ ਸਾਨੂੰ ਕਰ ਸਕਦਾ ਕਿਸੇ ਵੀ ਜਾਣਕਾਰੀ ਲਈ ਕਿਸੇ ਵੀ ਪ੍ਰੋਗਰਾਮ ਲਈ ਤੇ ਫਿਲਹਾਲ ਇੱਕ ਬ੍ਰੇਕ ਲੈਨੇ ਆ ਤੁਸੀਂ ਦੇਖਦੇ ਰਹੋ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਔਰ ਨਾਲ ਦੀ ਨਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਪ੍ਰੋਗਰਾਮ ਅਸੀਂ ਰੋਡ ਟ੍ਰਿਪ ਜਿਹੜਾ ਸਾਡਾ ਚੱਲਦਾ तकरीबन ਸਮਾਪਤੀ ਵਾਲੇ ਪਾਸੇ ਹੈਗਾ ਤੇ ਗੱਲ ਪੰਜਾਬੀਆਂ ਦੀ ਜੇ ਕਰੀਏ ਤੇ ਪੰਜਾਬੀਆਂ ਨੂੰ ਹਰ ਜਗ੍ਹਾ ਹੀ ਮਿਲਣ ਦਾ ਮੌਕਾ ਮਿਲਿਆ ਸਾਨੂੰ ਪੰਜਾਬ ਦੇ ਵਿੱਚ ਵੀ ਪੰਜਾਬੀਆਂ ਨੂੰ ਮਿਲਦੇ ਸੀਗੇ ਚਲੋ ਤੇ ਉਸ ਤੋਂ ਬਾਅਦ ਕਿ ਇੰਡੀਆ ਦੀ ਕਿਸੇ ਵੀ ਸਟੇਟ ਦੇ ਵਿੱਚ ਗਏ ਆ ਪ੍ਰੋਗਰਾਮ ਕਰਨ ਵਾਸਤੇ ਉੱਥੇ ਵੀ ਪੰਜਾਬੀ ਮਿਲ ਜਾਂਦੇ ਸੀ ਫਿਰ ਚਲੋ ਪ੍ਰਮਾਤਮਾ ਦੀ ਕਿਰਪਾ ਹੋਈ ਤੇ ਬਾਹਰਲੇ ਮੁਲਕਾਂ ਦੇ ਵਿੱਚ ਆਉਣ ਜਾਣ ਦਾ ਮੌਕਾ ਮਿਲਿਆ ਲਗਭਗ 20 22 ਜਿਹੜੇ ਮੁਲਕ ਨੇ ਉੱਥੋਂ ਦੇ ਪੰਜਾਬੀਆਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਉਹਨਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ ਤੇ ਬੜਾ ਵਧੀਆ ਲੱਗਿਆ ਬਾਕੀ ਫਰਕ ਦੀ ਗੱਲ ਕਰੀਏ ਤੇ ਫਰਕ ਕਿਤੇ ਵੀ ਕੋਈ ਨਹੀਂ ਹੈ ਨਹੀਂ ਪੰਜਾਬੀ ਪੰਜਾਬੀ ਨੇ ਚਾਹੇ ਉਹ ਕਿਸੇ ਵੀ ਮੁਲਕ 'ਚ ਬੈਠੇ ਆ ਜਾਇ ਪੰਜਾਬ ਦੇ ਪੰਜਾਬੀ ਨੇ ਤੇ ਚਾਹੇ ਪਾਕਿਸਤਾਨ ਦੇ ਪੰਜਾਬ ਦੇ ਪੰਜਾਬੀ ਨੇ ਤੇ ਪੰਜਾਬੀ ਪੰਜਾਬੀ ਨੇ ਪੰਜਾਬੀਆਂ ਦੇ ਵੱਖ-ਵੱਖ ਕਿਸੇ ਅਲੱਗ-ਅਲੱਗ ਗੱਲਾਂ ਜਿਹੜੀਆਂ ਉਹ ਹਰ ਜਗ੍ਹਾ ਹੀ ਮਸ਼ਹੂਰ ਹੈਗੀਆਂ ਹਰ ਜਗ੍ਹਾ ਹੀ ਪੰਜਾਬੀ ਜਿਹੜੇ ਹੈਗੇ ਨੇ ਆਪਣੇ ਵਧੀਆ ਰੌਣਕ ਮੇਲੇ ਵਾਸਤੇ ਵਧੀਆ ਆਉ ਭਗਤ ਵਾਸਤੇ ਬਹੁਤ ਪੰਜਾਬੀ ਜਾਣੇ ਜਾਂਦੇ ਨੇ ਔਰ ਇੰਡੀਅਨ ਐਪਲਸ ਦੀ ਗੱਲ ਕਰੀਏ ਇੱਥੇ ਵੀ ਜਿਹੜੇ ਕਾਫੀ ਪੰਜਾਬੀ ਪੁਰਾਣੇ ਵੀ ਹੈਗੇ ਨੇ ਤੇ ਕਾਫੀ ਨਵੇਂ ਵੀ ਹੈਗੇ ਨੇ ਪਰ ਅੱਜ ਅਸੀਂ ਜਾਣਕਾਰੀ ਦੇ ਰਹੇ ਤੁਹਾਨੂੰ ਇੰਡੀਅਨ ਐਪਲਸ ਦੀ ਇੰਡੀਅਨ ਐਪਲਸ ਦੇ ਵਿੱਚ ਹੋਰ ਕੀ ਕੀ ਆ ਇਹਦੇ ਬਾਰੇ ਜਾਣਕਾਰੀ ਦੇਣ ਵਾਸਤੇ ਜਿਮੀ ਬਰਾੜ ਜਿਹੜੇ ਸਾਡੇ ਇੱਥੋਂ ਦੇ ਕਹਿ ਸਕਦੇ ਅਡਾ ਇੰਚਾਰਜ ਕਹਿ ਸਕਦੇ ਆ ਇਹਨਾਂ ਨਾਲ ਗੱਲ ਕਰਦੇ ਆ ਔਰ ਜਿਮੀ ਸਾਹਿਬ ਸਵਾਗਤ ਹੈ ਥੈਂਕ ਯੂ ਥੈਂਕ ਯੂ ਅਕੀ ਜੀ ਪਹਿਲਾਂ ਤੇ ਇਹ ਦੱਸੋ ਵੀ ਸਾਡਾ ਟੂਰ ਹੁਣ ਖਤਮ ਹੋਣ ਦੇ ਕਿਨਾਰੇ ਹੈਗਾ ਜੀ ਤੇ ਤੁਹਾਡੀ ਘਰੇ ਕੀ ਹਾਲਾਤ ਨੇ ਦੋ ਹਫ਼ਤੇ ਹੋ ਗਏ ਤੁਹਾਨੂੰ ਸਾਡਾ ਨਕੂਮ ਜਨਾ ਘਰੇ ਬਹੁਤ ਵਧੀਆ ਜੀ ਜਿੰਨੀ ਪੰਜਾਬੀ ਹੈ ਤੇ ਆਪਣੀ ਆਪਾਂ ਉਹਨੂੰ ਦੱਸਣਾ ਚਾਹੁੰਨੇ ਕਿ ਬਹੁਤ ਵਧੀਆ ਟੂਰ ਰਿਹਾ ਸਾਡਾ ਇੱਕ ਨਹੀਂ ਨਹੀਂ ਤੁਸੀਂ ਗੱਲ ਹੋਰ ਪਾਸੇ ਲੈ ਗਏ ਟੂਰ ਦੀ ਮੈਂ ਗੱਲ ਨਹੀਂ ਕੀਤੀ ਮੈਂ ਤੁਹਾਡੀ ਗੱਲ ਕੀਤੀ ਹੈ ਘਰੇ ਮਤਲਬ ਘਰ ਦੇ ਮਤਲਬ ਕਰਦੇ ਰਿਸਪੈਕਟ ਜਾਂ ਉਹ ਕਹਿੰਦੇ ਵੀ ਇਹ ਦੋ ਹਫ਼ਤੇ ਬਾਹਰ ਤੁਰਿਆ ਫਿਰਦਾ ਬਾਹਰ ਹੀ ਰਹਿ ਇਹ ਜੋ ਤੁਸੀਂ ਕਹਿਣਾ ਚਾਹੁੰਦੇ ਮੈਂ ਕਹਿਣਾ ਤਾਂ ਨਹੀਂ ਪਰ ਦੱਸ ਦੇਣਾ ਤੁਹਾਨੂੰ ਘਰੋਂ ਕਢਾਉਣ ਵਾਲੀ ਗੱਲ ਆ ਪਰ ਤੁਸੀਂ ਇੰਜੋਏ ਕਰ ਰਹੇ ਹੋ ਜੀ ਜੀ ਬਾਕੀ ਆਪਾਂ ਫੈਮਿਲੀ ਸਮਝਾ ਕੇ ਪੰਜਾਬੀ ਦੇ ਪੰਜਾਬੀ ਵਾਲੇ ਪਾਸੇ ਲੱਗਣਾ ਚਾਹੁੰਦੇ ਆਪਣੀ ਜਿਹੜੀ ਕਮਿਊਨਿਟੀ ਕਿੱਥੇ ਬੈਠੀ ਆ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਆਪਣੇ ਯਸ ਟੀਵੀ ਦੇ ਥਰੂ ਕਿ ਹੋਰ ਕੋਈ ਵੀ ਪ੍ਰੋਬਲਮ ਜਾਂ ਕੀ ਕੀ ਆ ਬਾਹਰ ਜਿਹੜਾ ਹਿ ਦਿਖਾਉਣਾ ਚਾਹੁੰਦੇ ਆ ਜੀ ਤੇ ਬੜੀ ਚੰਗੀ ਗੱਲ ਆ ਤੁਸੀਂ ਸਾਡੇ ਨਾਲ ਜੁੜੇ ਹੋ ਥਾਰੇ ਥੋੜਾ ਸਮਾਂ ਹੋਇਆ ਔਰ ਥੋੜੇ ਸਮੇਂ ਦੇ ਵਿੱਚ ਹੀ ਪੂਰੀਆਂ ਵੱਡੀਆਂ ਮੱਲਾਂ ਮਾਰੀਆਂ ਆ ਜਿਹੜਾ ਟੂਰ ਆ ਇਹ ਮੇਰੇ ਖਿਆਲ ਨਾਲ ਸਾਡਾ ਹੁਣ ਤੱਕ ਜਾਂ ਤਾਂ ਯੂਬਾ ਸਿਟੀ ਜੋ ਟੂਰ ਕਰਦੇ ਆ ਜੀ ਤੇ ਉਦੋਂ ਮਹੀਨੇ ਦਾ ਟੂਰ ਹੁੰਦਾ ਸਾਡਾ ਜੀ ਤੇ ਆ 15 ਦਿਨ ਦਾ ਅਸੀਂ ਕੱਲਾ ਮਿਡਵੈਸਟ ਦੇ ਵਿੱਚ ਹੀ ਟੂਰ ਐਕਤੀ ਲਾਇਆ ਅ ਤੇ ਮੁੱਦਾ ਵੀ ਇੱਥੋਂ ਕੀਤਾ ਪ੍ਰੋਗਰਾਮ ਵੀ ਕੀਤੇ ਮੇਰੀ ਕਹਾਣੀ ਵੀ ਕੀਤੀ ਤੇ ਇਹ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਵੀ ਇਹ 15 ਦਿਨ ਠੀਕ ਰਹੇ ਜਾਂ ਔਖੇ ਲੰਗੇ ਨਹੀਂ ਬਹੁਤ ਵਧੀਆ ਰਹੇ ਜੀ ਕੋਈ ਵੀ ਚੀਜ਼ ਜਿਹੜੀ ਪਹਿਲੀ ਵਾਰ ਕਰਦੇ ਆ ਥੋੜਾ ਤੰਗੀਆਂ ਤਾਂ ਆਉਂਦੀਆਂ ਨੇ ਲੇਕਿਨ ਫਿਰ ਵੀ ਆਪਾਂ ਇਸ ਤੋਂ ਹਾਰ ਨਹੀਂ ਵਧੀਆ ਟੀਮ ਸੀ ਸਾਡੀ ਜਿੱਥੇ ਵੀ ਗਏ ਆ ਪੰਜਾਬੀਆਂ ਨੇ ਬਾਹਾਂ ਖੋਲ ਕੇ ਵੈਲਕਮ ਕੀਤਾ ਔਰ ਸਾਨੂੰ ਇਹ ਵੀ ਕਿਹਾ ਕਿ ਜੀ ਆਇਆਂ ਨੂੰ ਵਾਪਸ ਵੀ ਆਇਓ ਕਈਆਂ ਕਮਿਊਨਿਟੀ ਅੱਗੇ ਨਹੀਂ ਜਾਂਦੇ ਸੀ ਆਪਾਂ ਗਏ ਉੱਥੇ ਬੜਾ ਵਧੀਆ ਲੱਗਿਆ ਜਦੋਂ ਵਿਸਕਾਂਸਨ ਸ਼ਹਿਰ ਬੜਾ ਵਧੀਆ ਸੀ ਫਿਰ ਮਿਸ਼ੀਗਨ ਦੇ ਸ਼ਹਿਰ ਚ ਗਏ ਆਪਾਂ ਵਧੀਆ ਸੀ 올ਓਵਰ ਕਈ ਤਾਂ ਸਕਸੈਸ ਹੀ ਵਧੀਆ ਤੇ ਅੱਛਾ ਜਿੱਦੇ ਆਪਾਂ ਖੜੇ ਆ ਹੁਣ ਇਹ ਕੀ ਚੀਜ਼ ਹੈਗੀ ਐ ਇੱਥੇ ਬਹੁਤ ਹੀ ਵਧੀਆ ਅਸੀਂ ਨਾਲ-ਨਾਲ ਦਰਸ਼ਕਾਂ ਨੂੰ ਦਿਖਾਵਾਂਗੇ ਵੀ ਸਾਡੇ ਵਿੱਚ ਵਿੱਚ ਤੇ ਇੱਥੇ ਕੀ ਚੀਜ਼ ਹੈਗੀ ਐ ਡਾਊਨ ਟਾਊਨ ਇੰਡੀਅਨ ਆਪਸ ਦਾ ਹੈਗਾ ਇੱਥੇ ਲੋਕ ਮੈਂ ਦੇਖ ਰਿਹਾ ਟਾਂਗੇ ਵੀ ਘੁੰਮ ਰਹੇ ਨੇ ਤੇ ਨਾਲ ਦੀ ਨਾਲ ਲੋਕ ਵੀ ਘੁੰਮ ਰਹੇ ਨੇ ਇਦਾਂ ਲੋਕ ਇੰਨੇ ਕੀ ਹੁੰਦੇ ਕਿ ਇਸ ਤੋਂ ਵੀ ਜ਼ਿਆਦਾ ਹੁੰਦੇ ਇਹ ਤਾਂ ਬਹੁਤ ਥੋੜੇ ਆ ਜੀ ਵੀਕੈਂਡ ਦੇ ਤਾਂ ਇੱਥੇ ਸਾਰੇ ਆਉਂਦਾ ਇਹ ਵੈਸੇ ਜੇ ਤੁਹਾਨੂੰ ਦੱਸਾਂ ਇਹਨੂੰ ਮੌਨਟਿਮੈਨ ਸਰਕਲ ਕਹਿੰਦੇ ਆ ਜੀ ਇਹ ਜ਼ੀਰੋ ਮਾਲ ਮਾਰਕਰ ਇੰਡੀਅਨ ਐਪਲਸ ਦਾ ਅੱਛਾ ਇੱਥੋਂ ਜ਼ੀਰੋ ਸ਼ੁਰੂ ਹੁੰਦੀ ਹੈ ਹਰ ਪਾਸੇ ਨੂੰ ਈਸਟ ਵੈਸਟ ਸਾਊਥ ਨਾਰਥ ਨੂੰ ਜ਼ੀਰੋ ਮਤਲਬ ਕਿ ਸੈਂਟਰਲ ਬਿਲਕੁਲ ਸੈਂਟਰਲ ਆ ਗਿਆ ਬਿਲਕੁਲ ਸੈਂਟਰ ਇੱਥੋਂ ਤੁਸੀਂ ਜਿੱਧਰ ਨੂੰ ਵੀ ਜਾਓਗੇ ਇਹਨੂੰ ਜ਼ੀਰੋ ਮੰਨਦੇ ਆ ਇਸੇ ਕਰਕੇ ਇਹਨੂੰ ਕਹਿੰਦੇ ਮੌਨਟਿਮੈਨ ਸਰਕਲ ਤੇ ਹਰ ਕ੍ਰਿਸਮਸ ਤੇ ਇਹਦੀ ਖਾਸੀਅਤ ਹੈ ਜੇ 1 ਮਿਲੀਅਨ ਕ੍ਰਿਸਮਸ ਲਾਈਟ ਲਾਈ ਜਾਂਦੀ ਆ 1 ਮਿਲੀਅਨ ਲਾਈਟ ਜੀ ਕਾਊਂਟ ਕੀਤੀ ਜਾਂਦੀ ਹੈ 1 ਮਿਲੀਅਨ ਲਾਈਟ ਹੁੰਦੀ ਆ ਅੱਛਾ ਜੀ ਤੇ ਉਹਦਾ ਕੀ ਕਾਰਨ ਆ ਖਾਸ ਇਸ ਇਹ ਜਿਹੜੇ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਾਇਆ ਤਾਂ ਕਰਕੇ ਜੀ ਇਹਨਾਂ ਨੇ ਜਿਹੜੀ ਲੜਾਈ ਲੜੀ ਸੀ 1861 ਦੇ ਵਿੱਚ ਜੀ ਯੂਨੀਅਨ ਦੀ ਲੜਾਈ ਸੀ ਫਿਰ ਮੈਕਸੀਕੋ ਨਾਲ ਲੜਾਈ ਲੜੀ ਆ 1846 47 48 ਦੇ ਵਿੱਚ ਉਦੋਂ ਇਹਨਾਂ ਨੇ ਅੰਦਰ ਆਪਾਂ ਕੋ ਅੱਜ ਬੰਦ ਕੀਤਾ ਹੋਇਆ ਕਿਉਂਕਿ ਵਿੰਟਰ ਨੂੰ ਬੰਦ ਕਰ ਦਿੰਦੇ ਆ ਅੰਦਰ ਖੋਲ ਦੇਣਗੇ ਬਹੁਤ ਪੁਰਾਣੀਆਂ ਜੱਗੀ ਇਤਿਹਾਸਕ ਚੀਜ਼ਾਂ 1600 1700 ਦੀਆਂ ਸਾਮੀ ਰੱਖੀਆਂ ਹੋਈਆਂ ਦੇਖਣ ਵਾਲੀਆਂ ਚੀਜ਼ਾਂ ਨੇ ਮੈਂ ਅੰਦਰੋਂ ਜਾ ਕੇ ਦੇਖਿਆ 2 ਮਹੀਨਿਆਂ ਦਾ ਖੋਲ ਦੇਣਾ ਮੈਂ ਖੁਦ 10 ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਜਰੂਰ ਮੌਕਾ ਮਿਲਿਆ ਤਾਂ ਜਰੂਰ ਆ ਕੇ ਦੇਖਿਓ ਔਰ ਬਾਕੀ ਪਾਣੀ ਜਿਹੜਾ ਪਿੱਛੇ ਚੱਲ ਰਿਹਾ ਦੇਖੋ ਯੂਨੀਕ ਆ ਬਹੁਤ ਪੁਰਾਣੀਆਂ ਫੋਟੋ ਸਾਮ੍ਹ ਕੇ ਰੱਖੀਆਂ ਹੋਈਆਂ ਜੀ ਔਰ ਜਿਹੜੇ ਸਟੈਚੂ ਵੀ ਬਣਾਏ ਨੇ ਇੱਥੇ ਕਾਫੀ ਜ਼ਿਆਦਾ ਉਹ ਮਿਲਖਾ ਲੋਨਾ ਚੀਜ਼ਾਂ ਦੇ ਨੇ ਜਿਨ੍ਹਾਂ ਨੇ ਉਹਨਾਂ ਦੇ ਜਿਹੜੇ ਉਸ ਵੇਲੇ ਜਿਹੜੇ ਮਿਲਟਰੀ ਦੇ ਵਿੱਚ ਸੀ ਜਾਂ ਜਿਹੜੇ ਜਿਹਨਾਂ ਨੇ ਗਵਰਨਮੈਂਟ ਨੂੰ ਹਾਇਰ ਕੀਤਾ ਹੋਇਆ ਸੀ ਉਸ ਵੇਲੇ ਦੇ ਮਿਲਟਰੀ ਮੈਨ ਨੇ ਔਰ ਥੱਲੇ ਜਿਹੜੀਆਂ ਬਹੁਤ ਵਧੀਆਂ ਪੁਰਾਣੀਆਂ ਤੋਪਾਂ ਰਫਲਾਂ ਪੁਰਾਣੇ ਹੈਂਡ ਮੇਡ ਜਿੰਨਾ ਉਹਨਾਂ ਦਾ ਹਸਲਾ ਸੀ ਉਹ ਥੱਲੇ ਪਿਆ ਮਤਲਬ ਅਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਵਾਂਗੇ ਜੀ ਜਦੋਂ ਇਹ ਖੁੱਲ ਗਿਆ ਉਦੋਂ ਵੀ ਅਸੀਂ ਆਉਣ ਦੀ ਕੋਸ਼ਿਸ਼ ਕਰਾਂਗੇ ਇੱਥੇ ਆ ਕੇ ਦਿਖਾਵਾਂਗੇ ਪਰ ਅੱਜ ਦੀ ਅਗਰ ਗੱਲ ਕਰੀਏ ਇੰਡੀਅਨ ਐਪਰਸ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਦੇਖਣ ਵਾਲੀਆਂ ਜਾਂ ਬੱਚਿਆਂ ਦੇ ਘੁੰਮਣ ਫਿਰਨ ਦੀ ਇੱਥੇ ਦੇਖੋ ਜੀ ਆਪਣੇ ਪਹਿਲੇ ਤਾਂ ਐਨੀਮਲ ਜ਼ੂ ਆ ਬਹੁਤ ਵਧੀਆ ਫਿਰ ਚਿਲਡਰਨਸ ਮੀਡੀਅਮ ਹੈਗਾ ਫਿਰ ਆਪਣੇ ਕੋਲ ਪਾਰਕਾਂ ਦਾ ਵਿਆਨਤਾ ਬਾਕੀ ਜੀ ਖਾਸ ਜਿਹੜੀ ਇੰਡੀਆਨਾ ਦੀ ਖਾਸੀਅਤ ਆ ਇੱਥੇ ਘਰ ਸਾਫਤੇ ਨੇ ਬਿਜ਼ਨਸ ਸਾਫਤੇ ਨੇ ਉਹ ਲਿਵਿੰਗ ਜਿਹੜੀ ਆ ਬਹੁਤ ਸ ਉਹਦੇ ਕਰਕੇ ਤੁਹਾਨੂੰ ਬਾਲਾ ਜਦੋਂ ਜ਼ਿਆਦਾ ਨਹੀਂ ਕਰਨੀ ਪੈਂਦੀ ਜੇ ਨਿਊਯਾਰਕ ਦੀ ਗੱਲ ਕਰੀਏ ਜਾਂ ਲਾਸ ਐਂਜਲਸ ਦੀ ਗੱਲ ਕਰੀਏ ਇੱਥੇ ਤੁਹਾਡਾ ਥੋੜੇ ਕੰਮ ਨਾਲ ਥੋੜੀ ਕਮਾਈ ਨਾਲ ਸਰ ਜਾਂਦਾ ਅੱਛਾ ਵਾ ਥੋੜੇ ਪੈਸੇ ਵੱਧ ਕਮਾਉਂਦੇ ਇੱਥੇ ਮੈਨੂੰ ਤੇ ਲੱਗਿਆ ਵੀ ਜਿਹੜੇ ਵੀ ਸਟੋਰ ਤੇ ਗਏ ਆ ਚਾਹੇ ਉਹ ਇੰਡੀਆ ਨਾ ਚਾਹੇ ਦੂਜਾ ਕਿ ਚਾਹੇ ਸਟੋਰ ਵੱਡਾ ਚਾਹੇ ਛੋਟਾ ਹਰ ਇੱਕ ਨੇ ਲਿਖਿਆ ਹੋਵੇ ਹਾਇਰਿੰਗ ਨਾਓ ਵੀ ਬੰਦੇ ਨਹੀਂ ਮਿਲਦੇ ਆਪਾਂ ਸਭ ਕੋ ਜਿਹੜੇ ਹੋਟਲ ਦੇ ਵਿੱਚ ਠਹਿਰੇ ਹੋਏ ਆ ਭਾਜੀ ਮਲਕੀਤ ਸਿੰਘ ਉਹਨਾਂ ਦੇ ਜੀ ਤੇ ਉਹਨਾਂ ਦੀ ਵਾਈਫ ਜਿਹੜੀ ਉਹ ਕਹਿੰਦੀ ਵੀ ਜਾਂ ਤਾਂ ਹੋਟਲ ਵੇਚ ਦੇ ਤੇ ਜਾਂ ਫਿਰ ਮੈਨੂੰ ਛੱਡ ਦੇ ਮੈਨੂੰ ਛੱਡ ਦੇਣਾ ਪੱਕੀ ਗੱਲ ਹੈ ਜੀ ਇੰਨਾ ਕੰਮ ਇੰਨਾ ਜ਼ਿਆਦਾ ਕਿ ਬੰਦੇ ਨਹੀਂ ਇੱਥੇ ਮਿਲਦੇ ਬੰਦੇ ਨਾ ਮਿਲਣ ਦਾ ਕੀ ਕਾਰਨ ਹੈ ਬੰਦੇ ਦੇਖੋ ਜੀ ਜਿਹੜੀ ਸਿਟੀ ਆ ਉਹ ਛੋਟੀ ਆ ਲੋਕੀ ਸੋਚਦੇ ਵੀ ਛੋਟੀ ਛੋਟੀ ਉੱਥੇ ਕੀ ਕਰਾਂਗੇ ਕਰਨ ਨੂੰ ਬਹੁਤ ਆ ਤੇ ਜਿਹੜੇ ਆਪਣੀਆਂ ਕਮਿਊਨਿਟੀਆਂ ਉਹ ਹੁਣ ਛੋਟੀ ਆਉਣੀਆਂ ਸ਼ੁਰੂ ਹੋਈਆਂ ਤੇ ਹੁਣ ਗੋਰੇ ਵੀ ਜਿਹੜੇ ਬਾਕੀ ਵੀ ਗੋਰੇ ਕਾਲੇ ਮਕਸੀ ਕੋਈ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਕੰਮ ਹੋਟਲਾਂ 'ਚ ਵਧਿਆ ਆ ਪਰ ਉਹ ਓਵਰਆਲ ਕੰਮ ਹੀ ਬਹੁਤ ਆ ਬੰਦਿਆਂ ਦੀ ਸ਼ੋਰੇਜ ਹੈ ਇੱਥੇ ਹਰ ਕੋਈ ਰੈਸਟੋਰੈਂਟ ਤੇ ਚਲ ਜਾਓ ਉਹ ਵੀ ਕਹਿੰਦੇ ਜੀ ਬੰਦੇ ਨਹੀਂ ਮਿਲਦੇ ਕਿਸੇ ਕਿਸੇ ਸਟੋਰ ਤੇ ਚਲ ਜਾਓ ਗੋਰੀਆ ਸਟੋਰ ਤੇ ਚਲ ਜਾਓ ਸਾਰੇ ਹੀ ਬੁਰਾ ਹਾਲ ਹੈਗਾ ਇੱਕ ਮਿੰਟ ਲੱਗਦਾ ਇੱਥੇ ਵੇਅਰ ਹਾਊਸ ਵੀ ਦੁਵਾਰਾ ਹੁਣ ਨਵੇਂ ਬਣੇ ਕੁਝ ਬਹੁਤ ਜ਼ਿਆਦਾ ਬੇਰੋਜ਼ਗਾਰ ਬਣ ਗਏ ਜੀ ਲੋੜ ਤੋਂ ਵੱਧ ਉਹ ਇੰਨੇ ਪੈਸੇ ਦੇ ਰਿਹਾ ਉਹ ਕਹਿੰਦੇ ਵੀ ਡਬਲ ਟ੍ਰਿਪਾੜੀ ਗੱਲ ਹੋਈ ਉਹ ਵੇਅਰ ਹਾਊਸ ਵੀ ਬੰਦੇ ਨਹੀਂ ਮਿਲਦੇ ਹਾਂ ਬਿਲਕੁਲ ਆਮ ਜਿਹੜਾ ਰੇਟ ਮੇਰੇ ਖਿਆਲ ਜਿਵੇਂ ਕੋਈ 10 11 ਡਾਲਰ ਹੋਏਗਾ ਤੇ ਵੇਅਰ ਹਾਊਸ ਵਾਲੇ ਤੇ ਕਹਿੰਦੇ ਜੀ ਆ ਜਾਓ 18 20 ਡ ਇਹੀ ਕਾਰਨ ਆ ਵੀ ਬਾਕੀ ਸਟੂਡੈਂਟ ਬੰਦੇ ਨਹੀਂ ਮਿਲਦੇ ਜੀ ਉਹ ਲੋਕੀ ਸਾਰੇ ਜਾਦੇ ਪੇ ਨੂੰ ਨੱਠੇ ਹੋਏ ਨੇ ਨਾਲ ਬੈਨੀਫੀਅਰ ਮਿਲਦੇ ਨੇ ਤੇ ਬੇਰੋਜ਼ ਖੋਲੇ ਇੰਨੇ ਗਏ ਆ ਜਿੱਥੇ ਆਪਾਂ ਠਹਿਰੇ ਹੋਏ ਆ ਉਥੇ ਮੇਰੇ ਦੇਖਦਿਆਂ ਦੇਖਦਿਆਂ ਸੱਤਾ ਅੱਠਾ ਸਾਲਾਂ ਚ ਕੋਈ 4-500 ਬੇਰੋਜ਼ ਬਣ ਗਿਆ 4-500 ਜੀ ਜੀ 4-500 ਬੇਰੋਜ਼ ਕਿਹੜੀਆਂ ਕੰਪਨੀਆਂ ਤੇ ਨੇ ਬੇਰੋਜ਼ ਜਿਆਦਾ ਸਾਰੀਆਂ ਦੇ ਨਹੀਂ ਆਪਣੇ ਤੁਸੀਂ ਨਾਲੋ ਗੁੱਡਵੈਲ ਥਰੂ ਆ ਡੈਕਸ ਵਾਲਿਆਂ ਹੋਮ ਡੀਪੋ ਵਾਲਿਆਂ ਦਾ ਵਨ ਮਾਡਲ ਦਾ ਡਿਸਟ੍ਰੀਬਿਊਸ਼ਨ ਸੈਂਟਰ ਬਣਾਤਾ ਤੁਸੀਂ ਨਾਲੋ ਹਰ ਇੱਕ ਨੇ ਥਿਆਕ ਬਣਾਤਾ ਕਿ ਕਮਾਲ ਦੀ ਗੱਲ ਇਹ ਹੈ ਵੀ ਬਾਕੀ ਏਰੀਏ ਦੇ ਵਿੱਚ ਇਹ ਹੋਇਆ ਕਿ ਕੋਵਿਡ ਕਰਕੇ ਕੰਮ ਨਾ ਹੋਣ ਕਰਕੇ ਜਿਹੜੇ ਬੰਦ ਹੋਈਆਂ ਚੀਜ਼ਾਂ ਰੈਸਟੋਰੈਂਟ ਜਾਂ ਹੋਰ ਸਟੋਰ ਜਿਹੜੇ ਹੈਗੇ ਨੇ ਔਰ ਇਹ ਜਿਹੜੇ ਨੇ ਲੋਕ ਇਸ ਕਰਕੇ ਸੋਚਣੇ ਬੰਦ ਕਰ ਲਈ ਬੰਦੇ ਨਹੀਂ ਮਿਲਦੇ ਕੰਮ ਜਿਆਦਾ ਜੀ ਜੀ ਕਿਉਂਕਿ ਉਹਨਾਂ ਕੋਲ ਜਿਹੜੀ ਪ੍ਰੋਡਕਸ਼ਨ ਸੀ ਉਹ ਹੁੰਦੀ ਨਹੀਂ ਪੂਰੀ ਇੱਕ ਨਹੀਂ ਉਹ ਤੋਂ ਬੰਦੇ ਲੋਕੀ ਕੰਮ ਤੋਂ ਹਟ ਗਏ ਬੇਰੋਸ ਵੀ ਖਾਲੀ ਹੋ ਗਏ ਫਿਰ ਹੁਣ ਲੋਕਾਂ ਨੂੰ ਉਹ ਵੱਧ ਬੰਦੇ ਮੰਗਦੇ ਪ੍ਰੋਡਕਸ਼ਨ ਬਾਹਰ ਕੱਢਣ ਨੂੰ ਹੁਣ ਬੰਦੇ ਨਹੀਂ ਮਿਲਦੇ ਇਹ ਇਹਦਾ ਫਿਰ ਹੱਲ ਕੀ ਲੱਗਦਾ ਤੁਹਾਨੂੰ ਉਹ ਨਾਲੇ ਸਮੇਂ ਚ ਇੰਡੀਅਨ ਐਪਲਸ ਦੀ ਗੱਲ ਕਰੀਏ ਜਾਂ ਇੰਡੀਆਨਾ ਦੀ ਗੱਲ ਕਰੀਏ ਤੇ ਕੀ ਹੱਲ ਲੱਗਦਾ ਕਿਵੇਂ ਇਹਦਾ ਮਸਲਾ ਹੱਲ ਹੋਏਗਾ ਜਿਹੜੇ ਬੰਦੇ ਨਹੀਂ ਮਿਲਦੇ ਇਹ ਜੱਗੇ ਜੀ ਮੈਨੂੰ ਤਾਂ ਇਹ ਲੱਗਦਾ ਵੀ ਕਿਸੇ ਦਿਨ ਜਿਹੜੀ ਇੰਡੀਅਨ ਐਪਲਸ ਸ਼ਿਕਾਗੋ ਵਾਂਗੂ ਮੈਟਰੋ ਸਿਟੀ ਬਣ ਜਾਊਗੀ ਕਿਉਂਕਿ ਬਹੁਤ ਹੀ ਓਪਨ ਓਪਰਚ्युनिटी ਆ ਹਰ ਇੱਕ ਚੀਜ਼ ਦੀ ਹੋਟਲ ਦੀ ਕੀ ਮੋਟਰ ਦੀ ਵੇਹਰ ਆਫ ਦੀ ਜੋ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਆ ਰੀਅਲ ਸਟੇਟ ਲਾ ਲਓ ਜਾਂ ਮੌਰਗੇਜ ਫਾਈਨਾਂਸਿੰਗ ਲਾ ਲਓ ਹਰ ਇੱਕ ਚੀਜ਼ ਦੀ ਓਪਰਚ्युनिटी ਆ ਤੁਸੀਂ ਆਓ ਆ ਕੇ ਦੇਖ ਲਓ ਕੰਮ ਵਾਧੂ ਵਾਹ ਜੀ ਵਾਹ ਮੇਰਾ ਵੀ ਦਿਲ ਕਰਦਾ ਵੀ ਮੈਂ ਵੀ ਇੱਥੇ ਰਹਿ ਜਾਵਾਂ ਬੰਦੇ ਨਹੀਂ ਮਿਲਦੇ ਤਾਂ ਇੱਕ ਬੰਦਾ ਤਾਂ ਘਟ ਘਟ ਵਧੂਗਾ ਇੱਥੇ ਨਹੀਂ ਤੁਹਾਨੂੰ ਅਸੀਂ ਇੱਥੇ ਰਹਿਣ ਨਹੀਂ ਦੇਣਾ ਕਿਉਂਕਿ ਜਿਹੜਾ ਸਟੂਡੀਓ ਕੈਲੀਫੋਰਨੀਆ ਉਹ ਕੌਣ ਸਾਂਭੂਗਾ ਫਿਰ ਬਿਲਕੁਲ ਬਿਲਕੁਲ ਜੀ ਸਟੂਡੀਓ ਸਾਂਭਾਂਗੇ ਔਰ ਜੋ ਪਰਮਾਤਮਾ ਨੇ ਜਿਹਦੀ ਜਿਹਦੀ ਜਿਵੇਂ ਜਿਵੇਂ ਡਿਊਟੀ ਲਾਈ ਆ ਉਹਨੂੰ ਉਸ ਤਰ੍ਹਾਂ ਦਾ ਕੰਮ ਹੀ ਕਰਨਾ ਪੈਣਾ ਸੋ ਸਾਡੀ ਡਿਊਟੀ ਲੱਗੀ ਆ ਫੇਰੇ ਤੁਰਤੇ ਵੀ ਅਸੀਂ ਕਮਿਊਨਿਟੀ ਦੇ ਵਿੱਚ ਜਾ ਕੇ ਕੋਈ ਵੀ ਪ੍ਰੋਗਰਾਮ ਤੁਹਾਡੇ ਰੂਬਰੂ ਕਰੀਏ ਪੂਰੀ ਦੁਨੀਆ ਦੇ ਵਿੱਚ ਜਿਹੜੇ ਸਾਡੇ ਦਰਸ਼ਕ ਬੈਠੇ ਨੇ ਤੇ ਆ ਇੰਡੀਅਨ ਐਪਲਸ ਦੇ ਵਿੱਚੋਂ ਹੁਣ ਮਤਲਬ ਤਕਰੀਬਨ ਤਕਰੀਬਨ ਐਉਂ ਲੱਗਣ ਲੱਪਿਆ ਵੀ ਨੇੜੇ ਲੱਗਣ ਲੱਪਿਆ ਹੁਣ ਤੱਕ ਕੈਲੀਫੋਰਨੀਆ ਤੇ ਇੱਕ ਬ੍ਰੇਕ ਲੈਨੇ ਆ ਜਿੰਮੀ ਸਾਹਿਬ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ ਦੇਖਦੇ ਰਹੋ ਜਸ ਪੰਜਾਬੀ ਜੀ ਨਾਲ ਨਾਲ ਅਗਰ ਗੱਲ ਕਰੀਏ ਤਾਂ ਹੁਣ ਅਸੀਂ ਪਹੁੰਚੇ ਆ ਇੰਡੀਅਨ ਐਪਲਸ ਦੇ ਜੂ ਜਿਹੜਾ ਹੈਗਾ ਇਹਦੇ ਵਿੱਚ ਹੈਗੇ ਨੇ ਨਾਲ ਮੇਰੇ ਪਿੱਛੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਵਾਈਟ ਰਿਵਰ ਗਾਰਡਨ ਹੈਗਾ ਇਹ ਇੰਡੀਅਨ ਐਪਲਸ ਜੂ ਦੇ ਵਿੱਚ ਤੇ ਖਾਸੀਅਤ ਇਹਦੀ ਇਹ ਆ ਜੀ ਪਿੱਛੇ ਤਿਤਲੀਆਂ ਬੜੀਆਂ ਦੇਖ ਰਹੇ ਨੇ ਖਾਸ ਤੌਰ ਤੇ ਬੱਚਿਆਂ ਨੂੰ ਬੜਾ ਚਾਅ ਚੜ ਗਿਆ ਹੋਣਾ ਤਿਤਲੀਆਂ ਬੜੀਆਂ ਦੇਖ ਰਹੇ ਨੇ ਔਰ ਤਿਤਲੀਆਂ ਦੇ ਇਧਰ ਇੱਕ ਪਾਸੇ ਵਾਈਟ ਰਿਵਰ ਗਾਰਡਨ ਦੇ ਵਿੱਚ ਸਿਰਫ ਇਹ ਬਟਰਫਲਾਈ ਦਾ ਜਿਹੜਾ ਇੱਕ ਜ਼ੋਨ ਅਲੱਗ ਬਣਾਇਆ ਗਿਆ ਉਧਰਲੇ ਪਾਸੇ ਜਾਨਵਰ ਕਾਫੀ ਨੇ ਪਰ ਅਸੀਂ ਕੋਸ਼ਿਸ਼ ਕੀਤੀ ਵੀ ਅੰਦਰੋਂ ਤੁਹਾਨੂੰ ਦਿਖਾਈਏ ਪਰ ਅੰਦਰੋਂ ਨਹੀਂ ਦਿਖਾ ਸਕਦੇ ਕਿਉਂਕਿ ਹਜੇ ਬਿਲਕੁਲ ਬੰਦ ਹੈਗੇ ਨੇ ਇੱਥੇ ਜਿੰਨੇ ਵੀ ਜੂ ਵਗੈਰਾ ਹੈਗੇ ਨੇ ਪਰ ਅਸੀਂ ਅਗਰ ਗੱਲ ਕਰੀਏ ਵੀ ਸਾਨੂੰ ਹਰ ਚੀਜ਼ ਸਿਖਾਉਂਦੀ ਆ ਜੂ ਦੀ ਗੱਲ ਕਰੀਏ ਤਾਂ ਸ਼ੇਰ ਇਹਦੇ ਚ ਹੁੰਦੇ ਨੇ ਜਾਂ ਅਸੀਂ ਗੱਲ ਕਰੀਏ ਚੜੀਆ ਘਰ ਦੇ ਭਾਰਤੀ ਜੜੀਆ ਕਰਦੀ ਗੱਲ ਕਰੀਏ ਪੰਜਾਬ ਦੇ ਚੜੀਆ ਘਰਾਂ ਦੀ ਗੱਲ ਕਰੀਏ ਤਾਂ ਬੜਾ ਚਾਹ ਹੁੰਦਾ ਸੀ ਦੇਖਣ ਦਾ ਸ਼ੇਰ ਬਾਂਦਰ ਹਾਥੀ ਤੇ ਇੱਥੇ ਵੀ ਬੱਚੇ ਜਿਹੜੇ ਪੂਰਾ ਦੇਖਦੇ ਨੇ ਪਰ ਅਗਰ ਸਿਖਾਉਣ ਦੀ ਗੱਲ ਕਰੀਏ ਤਾਂ ਸਾਨੂੰ ਚੀਜ਼ਾਂ ਸਿਖਾ ਦਿੰਦੀਆਂ ਨੇ ਸਾਨੂੰ ਹਰ ਚੀਜ਼ ਸਿਖਾਉਂਦੀ ਹੈ ਚਾਹੇ ਉਹ ਜਾਨਵਰ ਹੈ ਪੰਛੀ ਹੈ ਹਰ ਦੇ ਵਿੱਚ ਕੋਈ ਨਾ ਕੋਈ ਸਿੱਖਿਆ ਮਿਲਦੀ ਹੈ ਸਿਆਣੇ ਕਹਿੰਦੇ ਵੀ ਸਾਨੂੰ ਕਈ ਵਾਰੀ ਆਪਣੀ ਤਾਕਤ ਦਾ ਨਹੀਂ ਪਤਾ ਹੁੰਦਾ ਆਪਣੇ ਵਿੱਚ ਗੁਣ ਨਹੀਂ ਪਤਾ ਹੁੰਦਾ ਕਈ ਵਾਰੀ ਵੀ ਅਸੀਂ ਕੀ ਗੁਣ ਆ ਕੀ ਨਹੀਂ ਹੈਗੇ ਜਿਹੋ ਜੇ ਮਾਹੌਲ 'ਚ ਅਸੀਂ ਰਹਿੰਦੇ ਆ ਉਹੋ ਜੇ ਹੀ ਹੋ ਜਾਂਦੇ ਆ ਪਾਵਰ ਦਾ ਪਤਾ ਤਾਂ ਹੀ ਲੱਗਦਾ ਜਦੋਂ ਤੁਸੀਂ ਵਿਤਕਤੇ ਪਾਵਰ ਵਰਤਦੇ ਹੋ ਜੇ ਪਾਵਰ ਵਰਤਨੀ ਨਹੀਂ ਹੈਗੀ ਕਿਤੇ ਤਾਕਤ ਆਪਣੀ ਵਰਤ ਕੇ ਨਹੀਂ ਦੇਖਣੀ ਤਾਂ ਫਿਰ ਤਾਕਤ ਦਾ ਪਤਾ ਕਿਵੇਂ ਲੱਗੂਗਾ ਇੱਕ ਕਿੜਿਆ ਕਰ ਦੇ ਵਿੱਚ ਸ਼ੇਰ ਸੀ ਕਹਿੰਦੇ ਤੇ ਸ਼ੇਰ ਜਿਹੜਾ ਸੀ ਉਹ ਡਰਦਾ ਸੀ ਲੋਕਾਂ ਤੋਂ ਈਵਨ ਜਦੋਂ ਬੱਚੇ ਆਉਂਦੇ ਸੀਗੇ ਇਹ ਦੇਖਣ ਵਾਸਤੇ ਤੇ ਸ਼ੇਰ ਲੁਕਦਾ ਸੀ ਜਦੋਂ ਬੱਚੇ ਫੋਟੋ ਖਿਚਾਉਂਦੇ ਸੀ ਤਾਂ ਵੀ ਡਰਦਾ ਸੀ ਜਿਹੜੀਆਂ ਘਰ ਵਾਲੇ ਬੜੇ ਹੈਰਾਨ ਹੋਏ ਇਹ ਵੀ ਸ਼ੇਰ ਜੰਗਲ ਦਾ ਰਾਜਾ ਅਸੀਂ ਕਹਿ ਦਿੰਨੇ ਆ ਤੇ ਜੰਗਲ ਦਾ ਰਾਜਾ ਨਿਆਣਿਆਂ ਤੋਂ ਡਰੀ ਜਾਂਦਾ ਇੱਕ ਹੀ ਚੱਕਰ ਹੈ ਉਹਨਾਂ ਨੇ ਸਾਇਸਦਾਨ ਬੁਲਾ ਲਏ ਵੱਡੇ-ਵੱਡੇ ਬਾਹਰਲੇ ਮੁਲਕਾਂ ਤੋਂ ਸਾਇਸਦਾਨ ਬੁਲਾ ਲਏ ਤੇ ਦੇਖਿਆ ਜਦੋਂ ਉਹਦਾ ਮੌਇਨਾ ਕੀਤਾ ਦੇਖ ਪੜਤਾਲ ਕੀਤੀ ਘੋਖ ਪੜਤਾਲ ਕੀਤੀ ਤੇ ਫਿਰ ਪਤਾ ਲੱਗਿਆ ਜੀ ਵੀ ਇਹ ਸ਼ੇਰ ਜਿਹੜਾ ਇਹ ਪਿੰਜਰੇ ਦੇ ਵਿੱਚ ਹੀ ਜੰਮਿਆ ਸੀ ਪੈਦਾ ਪਿੰਜਰੇ ਦੇ ਵਿੱਚ ਹੀ ਹੋਇਆ ਸੀ ਤੇ ਪਿੰਜਰੇ ਦੇ ਵਿੱਚ ਹੀ ਵੱਡਾ ਹੋਇਆ ਇਹਨੂੰ ਪਤਾ ਹੀ ਨਹੀਂ ਵੀ ਇਹ ਜੰਗਲ ਦਾ ਰਾਜਾ ਇਹਨੂੰ ਈਓਂ ਲੱਗਦਾ ਵੀ ਮੇਰਾ ਪਿੰਜਰਾ ਹੀ ਮੇਰਾ ਘਰ ਹੈ ਸੋ ਇਵੇਂ ਅਸੀਂ ਜੋੜ ਕੇ ਗੱਲ ਪੰਜਾਬੀਆਂ ਨੂੰ ਵੀ ਸਲਾਹ ਦੇ ਦਈਏ ਪੰਜਾਬੀਆਂ ਨੂੰ ਪਤਾ ਹੀ ਨਹੀਂ ਆਪਣੀ ਤਾਕਤ ਦਾ ਕਿ ਉਹਨਾਂ ਦੀ ਤਾਕਤ ਕਿੰਨੀ ਹੈ ਕੁਝ ਵੀ ਕਰ ਸਕਦੇ ਨੇ ਪਰ ਕਈ ਜਿਹੜੇ ਹੈਗੇ ਨੇ ਜਿਹੜੇ ਲੀਡਰ ਜਿਹੜੇ ਹੈਗੇ ਨੇ ਸਾਨੂੰ ਪਤਾ ਵੀ ਸਾਡੇ ਨਾਲ ਬਹੁਤ ਗੜਬੜ ਕਰਦੇ ਨੇ ਚਾਹੇ ਕੋਈ ਵੀ ਗੱਲ ਕਰ ਲਈਏ ਚਲੋ ਅਸੀਂ ਚਿੜੀਆ ਘਰ ਦੇ ਵਿੱਚ ਐ ਚਿੜੀਆ ਘਰ ਦੀ ਗੱਲ ਚੱਲੀ ਤਾਂ ਇਸ ਚਿੜੀਆ ਘਰ ਬਾਰੇ ਜਾਣਕਾਰੀ ਅਸੀਂ ਤੁਹਾਨੂੰ ਜ਼ਰੂਰ ਦੇ ਸਕਦੇ ਆ ਚਿੜੀਆ ਘਰ ਬੇਸ਼ੱਕ ਅੰਦਰੋਂ ਅਸੀਂ ਨਹੀਂ ਦਿਖਾ ਸਕਦੇ ਜਿਵੇਂ ਬਰਾੜ ਸਾਹਿਬ ਤੁਸੀਂ ਆਏ ਹੋਣੇ ਚਿੜੀਆ ਘਰ ਦੇ ਵਿੱਚ ਇਹਦੇ ਜੀ ਜੀ ਧੰਨਵਾਦ ਆ ਡਾਈ ਇਹ ਚਿੜੀਆ ਘਰ ਬੜਾ ਯੂਨੀਕ ਆ ਜੀ ਇਹਦੀਆਂ ਬਹੁਤ ਕਾਫੀ ਜਿਆਦਾ ਨੇ ਜਿਹੜੀਆਂ ਮੈਂ ਵੇਰਨਾ ਜੁੜੀਆਂ ਨੇ ਮੈਂ ਅੰਦਰ ਕਾਫੀ ਜਾ ਕੇ ਕਿਵੇਂ ਕਿਵੇਂ ਵਾਹ ਵਸਤਾ ਰਿਹਾ ਅੰਦਰਲੇ ਜਾਨਵਰਾਂ ਨਾਲ ਜੀ ਅੰਦਰਲੇ ਜਾਨਵਰ ਲੈ ਲੈਂਦੇ ਸੀ ਵੀ ਜਿਵੇਂ ਬਰਾੜ ਹੈ ਜਿਹੜਾ ਪ੍ਰੋਗਰਾਮ ਕਰਦਾ ਕਮਿਊਨਿਟੀ ਕਨੈਕਟਰ ਜੀ ਜੀ ਜਿਹੜੇ ਅੰਦਰਲੇ ਬਾਹਰਲੇ ਬੰਦੇ ਨਾਲੋਂ ਸਿਆਣੇ ਨੇ ਜੀ। ਅੱਛਾ ਜੀ। ਜੇ ਕਹੋਂ ਤਾਂ ਮੈਂ ਤੁਹਾਨੂੰ ਪ੍ਰੂਫ ਕਰ ਸਕਦਾ ਹੁਣ ਇਹ ਖੁੱਲੇ ਨਹੀਂ ਹੈਗੇ। ਲੇਕਿਨ ਇਹਨਾਂ ਦੇ ਵਿੱਚ ਐਨੀਮਲ ਸ਼ੋ ਚੱਲਦਾ। ਜੀ। ਜਿਹੜੇ ਮੈਂ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਜਿਹੜੇ ਥੋੜੇ ਨਵੇਂ ਬੰਦੇ ਆਏ ਨੇ ਇੰਡੀਆ ਤੋਂ ਜਾਂ ਹੋਰ ਕਿਸੇ ਮੁਲਕ ਤੋਂ। ਇਹ ਐਕੈਸੀ ਜੀ ਕੰਟਰੀ ਹੈ ਜਿਹੜੇ ਬਾਂਦਰਾਂ ਤੋਂ ਵੀ ਕੰਮ ਕਰਾਉਂਦੇ ਨੇ। ਬਾਂਦਰਾਂ ਤੋਂ ਕੀ ਕੰਮ ਕਰਾਉਂਦੇ ਬਈ? ਬਾਂਦਰਾਂ ਨੂੰ ਬਾਜ਼ ਮਾਰਦੇ ਬਾਂਦਰ ਨੂੰ ਕਹਿੰਦੇ ਜਾ ਕੇਲਾ ਲੈ ਕੇ ਆ ਤੇ ਬਾਂਦਰ ਕੇਲਾ ਹੀ ਲੈ ਕੇ ਆਉਂਦਾ। ਅੱਛਾ ਤੇ ਜੇ ਹੋਰ ਕੋਈ ਚੀਜ਼ ਕਹਿੰਦੇ? ਉਹੋ ਲੈ ਕੇ ਆਉਂਦਾ ਜਦੋਂ ਕਹਣਗੇ ਬੂਟ ਇਹ ਕਿੰਨਾ ਕੁ ਪੁਰਾਣਾ ਹੈਗਾ ਜੂ ਜਿਹੜਾ ਅਸੀਂ ਜਿੱਤੇ ਅਸੀਂ ਖੜੇ ਇਸ ਸਮੇਂ ਤੇ ਅੰਦਰੋਂ ਤਾਂ ਨਹੀਂ ਦੇਖ ਸਕਦੇ ਨਾਲ ਬਾਹਰੋਂ ਸਾਡੇ ਦਰਸ਼ਕ ਜ਼ਰੂਰ ਦੇਖ ਰਹੇ ਹੋਣਗੇ ਜੀ ਮੈਂ ਇਹਦੇ ਬਾਰੇ ਏਜ ਤਾਂ ਨਹੀਂ ਜਾਣਦਾ ਲੇਕਿਨ 25 ਸਾਲ ਮੈਨੂੰ ਰਹਿੰਦੇ ਨੇ ਹੋਗੇ ਉਸ ਤੋਂ ਪਹਿਲਾਂ ਦਾ ਹਾਂ ਉਸ ਤੋਂ ਪਹਿਲਾਂ ਦਾ ਪੁਰਾਣਾ ਹੀ ਹੋਏਗਾ ਜਦੋਂ ਇੰਡੀਅਨ ਐਪਲਸ ਬਣਿਆ ਔਰ ਬਾਹਰੋਂ ਦੇਖਣ ਤੋਂ ਲੱਗਦਾ ਵੀ ਜੂ ਇਹ ਬਹੁਤ ਵੱਡਾ ਤੇ ਤੁਸੀਂ ਅੰਦਰ ਗਏ ਹੋਗੇ ਕਾਫੀ ਵਾਰ ਨਿਆਣਿਆਂ ਨਾਲ ਵੀ ਗਏ ਹੋਵੋਗੇ ਜੀ ਤੇ ਕਿੰਨੇ ਕੁ ਅੰਦਰ ਜਾਨਵਰ ਤੇ ਕਿਸ ਤਰ੍ਹਾਂ ਦੇ ਜਾਨਵਰ ਹੈਗੇ ਨੇ ਜੀ ਹਰ ਤਰ੍ਹਾਂ ਦਾ ਜਾਨਵਰ ਹੈ ਇੱਥੇ ਤਕਰੀਬਨ ਤੁਸੀਂ ਦੇਖੋਗੇ ਅਫਰੀਕਾ ਤੋਂ ਲਿਆਉਂਦੇ ਹੋਏ ਇਸ ਯੁੱਧ ਦੀ ਇੱਕ ਖਾਸੀਅਤ ਇੱਥੇ ਇਹ ਮੈਂ ਕਹਾ ਪਹਿਲਾਂ ਕੁ ਦੂਜਾ ਸ਼ੁਰੂ ਹੋਣਾ ਮਿਹੜ ਵੈਸਦਾ ਜਿੱਥੇ ਹਾਥ ਹਾਥੀ ਨੇ ਇੱਕ ਬੇਬੀ ਨੂੰ ਬਾਰਨ ਦਿੱਤਾ ਹੈ ਹਾਥ ਜਣਗੇ এলিਫੈਂਟ ਬੇਬੀ ਅੱਛਾ ਜੀ ਨਹੀਂ ਉਹ ਅੱਛਾ ਯੁੱਧ ਦੇ ਵਿੱਚ ਯੁੱਧ ਦੇ ਵਿੱਚ ਯੁੱਧ ਦੇ ਵਿੱਚ ਠੀਕ ਹੈ ਤੇ ਹੋਰ ਕਿਹੜੇ-ਕਿਹੜੇ ਸ਼ੇਰ ਸੂਰ ਕਿੰਨੇ ਕੁ ਹੋਣਗੇ ਇੱਥੇ ਹੈ ਕੋਈ ਆਈਡੀਆ ਸ਼ੇਰ ਜਾਂ ਹਾਥੀ ਹੋਰ ਕਿੰਨੀ ਗਿਣਤੀ ਦੇ ਵਿੱਚ ਗਿਣਤੀ ਤਾਂ ਕਰਨੀ ਔਖੀ ਲੇਕਿਨ ਤਕਰੀਬਨ ਹਰ ਤਰ੍ਹਾਂ ਦਾ ਜਾਨਵਰ ਇਹਨਾਂ ਦੇ ਕੋਲ ਹੈਗਾ ਮੈਂ ਦੇਖਿਆ ਕਬੂਤਰ ਕੀ ਹਰ ਤਰ੍ਹਾਂ ਦਾ ਜਾਨਵਰ ਹਾਥੀ ਸ਼ੇਰ ਬੱਕਰੇ ਵੱਖ-ਵੱਖ ਅਫਰੀਕਾ ਤੋਂ ਲਿਆਂਦੇ ਹੋਏ ਕਾਫੀ ਮਹਿੰਗਾ ਖਰਚਾ ਕੀਤਾ ਹੋਇਆ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਮੈਨੂੰ ਲੱਗਦਾ ਨਹੀਂ ਪੰਜਾਬ ਦੀ ਗਵਰਨਮੈਂਟ ਨੇ ਪੰਜਾਬੀਆਂ ਦੇ ਇੰਨਾ ਪੈਸਾ ਖਰਚੋ ਜਿੰਨੀ ਨੇ ਜਾਨਵਰ ਤੇ ਖਰਚਾ ਹੋਇਆ ਵਾਹ ਜੀ ਵਾਹ ਅੱਛਾ ਇੱਕ ਤਾਂ ਇਹ ਜੂਹ ਦੇ ਅੰਦਰ ਜਾਨਵਰ ਨੇ ਇੱਕ ਸਾਡੇ ਅੰਦਰ ਜਾਨਵਰ ਹੁੰਦਾ ਦੋਹਾਂ ਤੋਂ ਜ਼ਿਆਦਾ ਖਤਰਨਾਕ ਕਿਹੜੇ ਨੇ ਇਹ ਮੈਨੂੰ ਆ ਆਪਣੇ ਅੰਦਰ ਵਾਲਾ ਜ਼ਿਆਦਾ ਖਤਰਨਾਕ ਹੈ ਕਿਉਂਕਿ ਜਿਹੜਾ ਬੰਦੇ ਦੇ ਅੰਦਰ ਜਾਨਵਰ ਆ ਉਹ ਬੜਾ ਭੈੜਾ ਉਹ ਚੋਂ ਇਹ ਆ ਵੀ ਬੰਦੇ ਨੇ ਹਰ ਇੱਕ ਚੀਜ਼ ਨੂੰ ਖਾ ਜਾਣਾ ਜੀ ਇਹ ਜਾਨਵਰ ਆ ਉਹ ਤਾਂ ਵਿਚਾਰੇ ਨੂੰ ਜਦੋਂ ਮਿਲ ਗਈ ਰੋਟੀ ਉਹਨੇ ਖਾਣੀ ਆ ਬੰਦਾ ਜਿਹੜਾ ਉਹ ਕਹਿੰਦਾ ਮੈਂ ਆਪਣੀ ਤਾਂ ਖਾਣੀ ਖਾਣੀ ਆ ਲੇਕਿਨ ਜੱਗੀ ਦੀ ਜੇਬ ਚੋਂ ਹੀ ਪੈਸੇ ਕੱਢ ਕੇ ਆਪਣੀ ਯੋਜ ਪਾਲਵਾ ਸਹੀ ਗੱਲ ਆ ਇੱਕ ਨਾ ਜਾਨਵਰ ਜਿਵੇਂ ਘੱਟੀ ਜਾਂਦੇ ਆ ਜਿਹੜੇ ਸ਼ੇਰ ਵਗੈਰਾ ਪੂਰੀ ਦੁਨੀਆ ਦੇ ਵਿੱਚ ਹਾਥੀਆਂ ਦੀ ਗਿਣਤੀ ਦੀ ਗੱਲ ਕਰੀਏ ਜਿਹੜੇ ਅਸਲੀ ਹਾਥੀ ਨੇ ਉਹ ਘੱਟੀ ਜਾਂਦੇ ਨੇ ਜਿਹੜੇ ਸਰਕਾਰਾਂ ਦੇ ਚਿੱਟੇ ਹਾਥੀ ਪਾਲ ਰੱਖੇ ਨੇ ਉਹ ਵਧੀ ਜਾਂਦੇ ਨੇ ਸੋ ਜਿਹੜੀ ਜਾਨਵਰਾਂ ਦੀ ਗਿਣਤੀ ਘਟ ਰਹੀ ਹੈ ਉਹਦਾ ਕੀ ਹੱਲ ਹੈਗਾ ਵੀ ਕਿਵੇਂ ਹੋ ਸਕਦਾ ਕਿ ਗਿਣਤੀ ਜਿਹੜੀ ਆ ਬਰਕਰਾਰ ਰਵੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਹੋਵੇ 20 22 ਸਾਲਾਂ ਨੂੰ 25 30 ਸਾਲਾਂ ਨੂੰ ਜਿਹੜੇ ਕੋਈ ਅਗਲੀ ਪੀੜ੍ਹੀ ਆਉਣੀ ਹੈ ਉਹ ਜਵਾਕ ਜਾਨਵਰ ਦੇਖਣ ਨੂੰ ਤਰਸਣ ਸਿਰਫ ਵੀਡੀਓ ਗੇਮ ਚ ਦੇਖ ਸਕਦੇ ਹੁਣ ਜੀ ਇਹ ਤਾਂ ਜਗੀ ਬੜਾ ਵੱਡਾ ਸਵਾਲ ਆ ਮੇਰੇ ਤਾਂ ਸੋਚ ਤੋਂ ਬਾਹਰ ਹੈ ਲੇਕਿਨ ਮੈਂ ਇਹ ਜ਼ਰੂਰ ਕਹੂੰਗਾ ਕਿ ਜਿਸ ਤਰ੍ਹਾਂ ਗੋਰੇ ਨੇ ਲੋਕ ਇੱਥੇ ਇਹ ਨੇਚਰ ਮਦਦ ਦੀ ਬਹੁਤ ਕੇਅਰ ਕਰਦੇ ਨੇ ਜੀ ਇਹ ਕਹਿੰਦੇ ਕਿ ਜਿੱਥੇ ਜੰਗਲ ਆ ਉਹਨੂੰ ਥੋੜਾ ਜੰਗਲ ਰਹਿਣ ਦਿਓ ਹੂੰ ਇਦਾਂ ਨਹੀਂ ਕਿ ਸਾਡੇ ਪੰਜਾਬ ਵਾਂਗੂ ਜੇ ਝੋਨੇ ਦੇ ਪਿੱਛੇ ਪੈ ਝੋਨਾ ਹੀ ਲਾਈ ਜਾਣਾ ਕਣਕ ਦੇ ਪਿੱਛੇ ਕਣਕੀ ਬੀਜੀ ਜਾਣ ਇਹ ਕਹਿੰਦੇ ਜਾਨਵਰ ਜੇ ਘਟ ਗਏ ਇੱਕ ਦਿਨ ਨੂੰ ਇੱਕ ਮੈਂ ਤੁਹਾਨੂੰ ਜੋ ਗੋਰੇ ਦੀ ਗੱਲ ਸੁਣਾਉਣਾ ਜੀ ਜਿਹੜਾ ਸਾਡੇ ਫਾਦਰ ਸਾਹਿਬ ਦੇ ਘਰ ਦੇ ਨੇੜੇ ਰਹਿੰਦਾ ਜੀ ਮੇਰੇ ਫਾਦਰ ਸਾਹਿਬ ਵਕਤਾਂ ਨੂੰ ਰੋਟੀ ਬੰਨਦੇ ਸੀ ਜਾਂ ਬ੍ਰੈਡਾਂ ਜੀ ਉਹ ਕਹਿੰਦਾ ਤੂੰ ਇਹਨਾਂ ਦੀ ਆਦਤ ਬਗਾੜ ਰਿਆ ਹਾਂ ਕਹਿੰਦਾ ਇਹ ਨੇਚਰਲ ਖਾਨ ਗਿੱਜੀਆਂ ਨੇ ਕੱਲੂ ਤੂੰ ਚਲੇ ਗਿਆ ਜਾਂ ਮਰ ਗਿਆ ਜਾਂ ਮੂਵ ਹੋ ਗਿਆ ਇਹਨਾਂ ਨੂੰ ਰੋਟੀ ਕੌਣ ਦਊ ਤੇ ਉਹ ਵਕਤਾਂ ਰੋਜ਼ ਹੀ ਸਵੇਰ ਨੂੰ ਆ ਕੇ ਚੁੰਝਾ ਮਾਰਦੀਆਂ ਸੀ ਛੇਹ ਵਾਲੀ ਡੋਰ ਤੇ ਜਦ ਤੱਕ ਫਾਦਰ ਸਾਹਿਬ ਉੱਠ ਕੇ ਉਹ ਬ੍ਰੈਡਾਂ ਨਹੀਂ ਪਾਉਂਦੇ ਸੀ ਨਹੀਂ ਬਿਲਕੁਲ ਸਹੀ ਗੱਲ ਹੈ ਜਿਹੜੇ ਨੇਚਰਲ ਜਾਨਵਰ ਆ ਉਹ ਕਹਿੰਦੇ ਆਪਾਂ ਪੰਛੀਆਂ ਨੂੰ ਚੋਗਾ ਪਾਉਣਾ ਪੁੰਨਾ ਜੀ ਕਹਿ ਦਿੰਦੇ ਅਸੀਂ ਤੇ ਚੰਗੀ ਗੱਲ ਹੈਗੀ ਪਰ ਇਹ ਵੀ ਗੱਲ ਨਾਲ ਹੈਗੀ ਮੈਨੂੰ ਵੀ ਕਿਸੇ ਸਿਆਣੇ ਨੇ ਕਿਹਾ ਸੀ ਅਸੀਂ ਸੈਕਰਾਮੈਂਟ ਪਾਉਂਦੇ ਸੀ ਬਾਹਰ ਦਾਣੇ ਢੋਲੇ ਤੇ ਉਹ ਕਹਿੰਦੇ ਵੀ ਪਾਈ ਨਦੀ ਤੂੰ ਨੇਚਰਲ ਖਾਣ ਦੇ ਉਹਨਾਂ ਨੂੰ ਔਰ ਸੱਚੀ ਮੁੱਚੀ ਉਹ ਦਾਣਿਆਂ ਤੇ ਗੱਜ ਕੇ ਕਬੂਤਰ ਹੀ ਕਿਰਕਟੇ ਮੋਟੇ ਹੋ ਗਏ ਸੀ ਕੋਕੜਾਂ ਜਿਹੜੀਆਂ ਕਬੂਤਰ ਹੋ ਗਏ ਥੋੜੀ ਜਿਆਦੀ ਨਹੀਂ ਹੋ ਗਏ ਉਹਨਾਂ ਕੁਕੜਾ ਜਿਹੜੇ ਕੁਕੜਾ ਜਿਹੜੇ ਸੱਚੀ ਮੁੱਚੀ ਸੀਗੇ ਉਹ ਮੜ ਕੇ ਤੁਰ ਨਹੀਂ ਹੁੰਦਾ ਸੀ ਇੱਕ ਜਗ੍ਹਾ ਬੈਠ ਰਹਿੰਦੇ ਸੀ ਖਾ ਕੇ ਸੌਂ ਜਾਂਦੇ ਸੀ ਹੋਰ ਥੋੜੇ ਜਿਹੇ ਛੋੜੇ ਗਾ ਲਓ ਥੋੜੇ ਹੋ ਜੇ ਨਹੀਂ ਨਹੀਂ ਬਿਲਕੁਲ ਬਿਲਕੁਲ ਇਹ ਫਰਕ ਪੈਂਦਾ ਇਸ ਚੀਜ਼ ਦਾ ਕਿ ਜਿਹੜੀ ਨੇਚਰ ਹੈਗੀ ਨੇਚਰ ਦੇ ਨਾਲ ਜਦੋਂ ਵੀ ਖਲਵਾੜ ਕੀਤਾ ਕਿਸੇ ਨੇ ਵੀ ਤੇ ਉਹ ਨੁਕਸਾਨ ਹੀ ਹੋਇਆ ਤੇ ਇੱਕ ਪੰਜਾਬ ਦੀ ਗੱਲ ਤੁਸੀਂ ਕੀਤੀ ਝੋਨੇ ਮਗਰ ਤੇ ਪੰਜਾਬ ਦੇ ਵਿੱਚ ਇੱਕ ਇਹ ਵੀ ਦੌਰ ਆਇਆ ਸੀ ਵੀ ਦਰਖਤ ਵੱਢ ਕੇ ਸਾਰੇ ਜੰਗਲ ਵੱਢ ਕੇ ਖੇਤ ਖੇਤੀ ਜਿਹੜੇ ਖੇਤ ਵਾਹ ਕੇ ਤੇ ਉੱਥੇ ਬਿਲਡਿੰਗਾਂ ਬਣਾ ਦਿਓ ਵੱਡੀਆਂ ਵੱਡੀਆਂ ਕਹਿੰਦੇ ਜੀ ਵਿਕ ਕੋਈ ਵਿਕਾਸ ਨਹੀਂ ਜੀ ਕੁਦਰਤ ਨਾਲ ਖਲਵਾੜ ਕਰ ਰਹੇ ਜਿੱਥੇ ਵੱਡੀਆਂ ਬਿਲਡਿੰਗਾਂ ਬਣਾਉਂਦੀਆਂ ਸੂਰ ਸਿਸਟਮ ਨਹੀਂ ਕੋ ਹੈਗਾ ਅਸੀਂ ਸੜਕਾਂ ਪ੍ਰਾਪਰ ਨਹੀਂ ਬਣਾ ਸਕਿਆ ਤਾਂ ਹੀ ਕਿੰਨੀਆਂ ਦਿੱਥਾਂ ਹੋ ਰਹੀਆਂ ਇੱਥੇ ਕੋਈ ਸੜਕ ਬਣਦੀ ਆ ਜਾਂ ਕੁਛ ਕੋਈ ਬਿਲਡਿੰਗ ਜਾਂ ਕੋਈ ਡਿਵੈਲਪਮੈਂਟ ਹੁੰਦੀ ਆ ਸਭ ਤੋਂ ਪਹਿਲਾਂ ਕਹਿੰਦੇ ਜੀ ਮੀਂਹ ਦਾ ਪਾਣੀ ਕਿੱਥੇ ਜਾਊ ਫਿਰ ਉਸ ਤੋਂ ਹਾਂਜੀ ਸੂਰ ਦਾ ਪਾਣੀ ਕਿੱਥੇ ਜਾਊ ਉਹ ਦੇਖਦੇ ਨੇ ਅਸੀਂ ਵਿਕਾਸ ਤਾਂ ਮੈਨੂੰ ਤਾਂ ਲੱਗਦਾ ਨਹੀਂ ਕੋਈ ਉੱਥੇ ਵਿਕਾਸ ਹੋਇਆ ਪਰ ਜੇ ਤੁਸੀਂ ਕਹਿੰਦੇ ਆ ਔਰ ਤੁਸੀਂ ਕਬੂਤਰਾਂ ਨੂੰ ਕੁੱਕੜ ਬਣਾਤਾ ਹੋ ਸਕਦਾ ਵਿਕਾਸ ਹੋ ਜਾਵੇ ਵਿਕਾਸ ਹੋਇਆ ਹੋਊਗਾ ਪਰ ਉੱਥੇ ਸਿਸਟਮ ਜਿਹੜਾ ਇਹ ਆ ਪੰਜਾਬ ਇਹ ਸਾਰਾ ਸਾਲ ਕਿਸੇ ਨੇ ਕੁਝ ਨਹੀਂ ਸੋਚਣਾ ਜੀ ਜਦੋਂ ਮੀਂਹ ਪੈਣਾ ਸ਼ੁਰੂ ਹੋਣੇ ਆ ਤੇ ਪਾਣੀ ਜਿਹੜਾ ਸਾਰਾ ਬਾਹਰ ਆ ਜਾਣ ਨਾਲੇ ਦਾ ਉਦੋਂ ਸੋਚਣਾ ਵੀ ਆ ਰਾ ਕਰਨਾ ਸੀ ਇਹ ਤੇ ਕਰਨਾ ਹੀ ਭੁੱਲ ਗਏ ਔਰ ਬੰਬੇ ਦੀ ਗੱਲ ਕਰ ਲਈ ਬੰਬੇ ਵੀ ਹਰ ਸਾਲ ਅਸੀਂ ਦੇਖਦੇ ਆਂ ਬਾਰਸ਼ਾਂ ਦੇ ਵਿੱਚ ਜਲਤਲ ਹੋਇਆ ਪਿਆ ਹੁੰਦਾ ਪੰਜਾਬ ਚ ਵੀ ਇਹੀ ਹਾਲ ਨੂੰ ਜੀ ਬਿਲਕੁਲ ਇਹੀ ਹਾਲਾਤ ਆ ਮੈਂ ਜਦੋਂ ਵੀ ਗਿਆ ਉੱਥੇ ਜਾ ਕੇ ਦੇਖਣ ਨੂੰ ਇਹ ਮਿਲਦਾ ਵੀ ਕੀ ਇਹ ਲੋਕ ਸੋਚਦੇ ਨਹੀਂ ਜਾਂ ਸੋਚਣਾ ਚਾਹੁੰਦੇ ਨਹੀਂ ਜਾਂ ਦਿਮਾਗ ਚ ਨਹੀਂ ਆਉਂਦਾ ਆਪਾਂ ਇਲਜ਼ਾਮ ਸਰਕਾਰਾਂ ਨੂੰ ਦਿੰਦੇ ਨੇ ਠੀਕ ਆ ਸਰਕਾਰਾਂ ਵੀ ਚੰਗੀਆਂ ਨਹੀਂ ਲੇਕਿਨ ਪਬਲਿਕ ਵੀ ਇਡੀ ਚੰਗੀ ਨਹੀਂ ਹੈ ਉੱਥੇ ਖਾ ਕੇ ਉੱਥੇ ਠੁੱਟੀ ਜਾਂਦੇ ਨੇ ਬਿਲਕੁਲ ਤੇ ਇੰਡੀਆ ਨਾਲ ਪਲੱਸ ਅਸੀਂ ਗੱਲ ਕਰੀਏ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਖਾਸ ਤੌਰ ਤੇ ਯੂਨੀਵਰਸਿਟੀਆਂ ਦੀ ਗੱਲ ਕਰੀਏ ਕਿਹੜੀਆਂ ਕਿਹੜੀਆਂ ਯੂਨੀਵਰਸਿਟੀਆਂ ਤੇ ਇਹ ਜੱਗੀ ਜੀ ਬੜਾ ਵਧੀਆ ਕੁਐਸਚਨ ਥਾੜਾ ਬਹੁਤ ਟਾਪ ਟਾਪ ਦੀਆਂ ਯੂਨੀਵਰਸਿਟੀਆਂ ਨੇ ਡੈਂਟਲ ਨੂੰ ਲਾ ਲਓ ਹਾਰਟ ਸਪੈਸ਼ਲਿਸਟ ਲਾ ਲਓ ਜਿੰਨੇ ਟਾਪ ਦੇ ਹਸਪੀਟਲ ਆ ਆਲਮੋਸਟ ਨੰਬਰ 5 ਦੇ ਰੈਂਕ 'ਚ ਉਹ ਇੰਡੀਆਨਾ ਦੇ ਵਿੱਚ ਨੇ ਮੈਡੀਕਲ ਦੀ ਗੱਲ ਕਰੀਏ ਤਾਂ ਮੈਡੀਕਲ ਟਾਪ ਤੇ ਆ ਡੈਂਟਲ ਦੀ ਗੱਲ ਕਰੀਏ ਟਾਪ ਦੀਆਂ ਯੂਨੀਵਰਸਿਟੀਆਂ ਇੱਥੇ ਆ ਤੇ ਮੈਡੀਕਲ ਦੇ ਵਿੱਚ ਆ ਜਾਂਦੇ ਆਪਨੇ ਪੰਜਾਬੀ ਕਮਿਊਨਿਟੀ ਦੇ ਵੀ ਬੱਚੇ ਜਿਆਦਾ ਮੈਡੀਕਲ ਵਾਲੇ ਪਾਸੇ ਜਾਂਦੇ ਜਾਂ ਨਹੀਂ ਬਿਜ਼ਨਸ ਵਾਲੇ ਪਾਸੇ ਧਿਆਨ ਦਿੰਦੇ ਨਹੀਂ ਆਪਣੇ ਬੱਚੇ ਕਾਫੀ ਨੇ ਮੈਡੀਕਲ ਦੇ ਵਿੱਚ ਜਿਹੜੇ ਹੋਏ ਨੇ ਮੇਰੇ ਦੋ ਭਤੀਜੇ ਨੇ ਮੇਰਾ ਮੁੰਡਾ ਹੋ ਜਾਣਗੇ ਇਸ ਵੇਲੇ ਫੈਮਿਲੀ ਵਿੱਚ ਆਲਮੋਸਟ 10 ਡਾਕਟਰ ਬਣ ਚੁੱਕੇ ਨੇ ਇੰਡੀਆ ਨਾਲ ਤੋਂ ਇੰਡੀਆ ਨਾਲ ਤੋਂ ਇੱਥੇ ਸਾਡੀ ਫੈਮਿਲੀ ਚ ਤੇ ਹੋਰ ਕਿਥੇ-ਕਿਥੋਂ ਦਾ ਸਟੂਡੈਂਟ ਇੰਡੀਆ ਤੋਂ ਕਿੰਨੇ ਆਉਂਦੇ ਨੇ ਇੰਡੀਆ ਤੋਂ ਸਾਊਥ ਵਾਲੇ ਪਾਸੋਂ ਕਿੰਨੇ ਸਟੂਡੈਂਟ ਆਉਂਦੇ ਇੱਥੇ ਇੰਡੀਆ ਤੋਂ ਥੋੜੇ ਘੱਟ ਮਿਲੇ ਦੇਖਣ ਨੂੰ ਕਿਉਂਕਿ ਜਿਹੜੇ ਇਹ ਸਟੇਟ ਵਾਲੇ ਇਹ ਜੀ ਸਟੇਟਾਂ ਦਾ ਆਪਦਾ ਹੁੰਦਾ ਜਿਹੜਾ ਫੰਡ ਦਾ ਫੈਡਰਲ ਤੋਂ ਕਿੰਨਾ ਫੰਡ ਲੈਣਾ ਜਾਂ ਸਟੇਟ ਦਾ ਕੀ ਫੰਡ ਹੋਣਾ ਇਹ ਸਾਰਾ ਖਸਾਬਤਾ ਥੋੜਾ ਮੇਰੇ ਤੁਹਾਡੇ ਸਾਹਮਣੇ ਤੋਂ ਮਿਲਦਾ ਬਾਹਰ ਹੋਊ ਕਿਉਂਕਿ ਸਾਰਾ ਫੈਡਰਲ ਦਾ ਪੈਸਾ ਹੁੰਦਾ ਕਿ ਕੇਸ ਸਟੇਟ ਨੂੰ ਕਿੰਨਾ ਪੈਸਾ ਜਾਣਾ ਉਹ ਫੰਡ ਕਰਕੇ ਮੈਨੂੰ ਲੱਗਦਾ ਇਹ ਸਟੂਡੈਂਟਾਂ ਤੋਂ ਜ਼ਿਆਦਾ ਲੈਂਦੇ ਨੇ ਇਹ ਇੰਡੀਆਨਾ ਦੀ ਗੱਲ ਕਰੀਏ ਇੰਡੀਆਨਾ ਸਟੇਟ ਦੀ ਗੱਲ ਕਰੀਏ ਤੇ ਕਿਹੜੇ ਕਿਹੜੇ ਸ਼ਹਿਰ ਇਹ ਚ ਪੈਂਦੇ ਆ ਜਿੱਦੇ ਸਾਡੇ ਪੰਜਾਬੀ ਜ਼ਿਆਦਾ ਨੇ ਜੀ ਇੰਡੀਆਨਾ ਦਾ ਕੋਈ ਐਸਾ ਸ਼ਹਿਰ ਨਹੀਂ ਹੈਗਾ ਛੋਟੇ ਤੋਂ ਛੋਟਾ ਸ਼ਹਿਰ ਸਾਊਥਵੈਂਡ ਉੱਥੇ ਆਪਾਂ ਕ ਤੇ ਮਿਸਵਾਕਾ ਸੀ ਨਾਲ ਸ਼ਹਿਰ ਛੋਟਾ ਜਾ ਹਾਂਜੀ ਮਿਸਵਾਕਾ ਹੁਣ ਟੈਰਾਹੋਡ ਨੇ ਮੈਂ ਤੁਹਾਨੂੰ ਸ਼ਹਿਰ ਦਾ ਸਾਰੇ ਸ਼ਹਿਰਾਂ ਦੇ ਵਿੱਚ ਪੰਜਾਬੀ ਰਹੇ ਕੋਈ ਐਸਾ ਸ਼ਹਿਰ ਹੈ ਨਹੀਂ ਪੰਜਾਬੀਆਂ ਦਾ ਮੈਂ ਛੋਟੇ ਤੋਂ ਛੋਟਾ ਸ਼ਹਿਰ ਦੇਖਿਆ ਸੀ ਜਿੱਥੇ 20 ਘਰ ਸੀ ਉੱਥੇ ਵੀ ਆਪਣਾ ਬੰਦਾ ਗੈਸੇ ਨਾਲ ਬੈਠਾ ਸੀ ਵਾਹ ਜੀ ਗੈਸੇ ਜੀ ਨਾਲ ਆਪਣੇ ਬੰਦੇ ਜੀ ਜੀ ਆਪਣੇ ਬੰਦੇ ਗੈਸੇ ਨਾਲ ਸਾਬੇ ਵਾਹ ਜੀ ਵਾਹ ਬਹੁਤ ਵਧੀਆ ਗੱਲਾਂ ਬਾਤਾਂ ਚੱਲ ਰਹੀਆਂ ਨੇ ਜਿੰਮੀ ਬਰਾੜ ਸਾਹਿਬ ਦਾ ਇੱਕ ਸੈਗਮੈਂਟ ਸਾਡਾ ਹੋਰ ਹੈਗਾ ਲਾਸਟ ਉਹ ਅਸੀਂ ਦੇਖਦੇ ਹਾਂ ਵੀ ਉਹ ਸੈਗਮੈਂਟ ਕਿੱਥੇ ਕਰਨਾ ਤੁਹਾਡੇ ਰੂਬਰੂ ਕੀ ਕਰਨਾ ਪਰ ਫਿਲਹਾਲ ਬ੍ਰੇਕ ਲੈਨੇ ਦੇਖਦੇ ਰਹੋ ਜਸ ਤੁਹਾਡਾ ਫਿਰ ਬਹੁਤ-ਬਹੁਤ ਸਵਾਗਤ ਜੀ ਤੇ ਪ੍ਰੋਗਰਾਮ ਅਜਦਾ ਰਵਾਮਾ ਮੈਂ ਚੱਲਦਾ ਕੁਝ ਤੁਹਾਨੂੰ ਇੰਡੀਅਨ ਐਪਲਸ ਦੇ ਵਿੱਚ ਘੁਮਾਇਆ ਤੇ ਕੁਝ ਗੱਲਬਾਤ ਵੀ ਕੀਤੀ ਹੈ ਹੁਣ ਅਸੀਂ ਜਿਹੜੀ ਗੱਲ ਕਰਾਂਗੇ ਇਹ ਵੀ ਖਾਸ ਹੋਏਗੀ ਪੂਰੀ ਦੁਨੀਆ ਵਿੱਚ ਬੈਠੇ ਦਰਸ਼ਕਾਂ ਵਾਸਤੇ ਕਿਉਂਕਿ ਕੋਵਿਡ ਦੇ ਦੌਰਾਨ ਕੰਮ ਧੰਦੇ तकरीबन तकरीबन ਮੰਦੇ ਪੈ ਗਏ ਸੀ ਬਿਲਕੁਲ ਜਿਹੜੀਆਂ ਜ਼ਿਆਦਾ ਹਿੱਟ ਹੋਈਆਂ ਇੰਡਸਟਰੀ ਟ੍ਰੈਵਲ ਜਿਹੜੀ ਹੈਗੀ ਕੋਈ ਏਜੰਸੀਆਂ ਉਹ ਹਿੱਟ ਹੋਈਆਂ ਹੋਟਲ ਬਿਜ਼ਨਸ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਹਿੱਟ ਹੋਇਆ ਕੀ ਰਿਹਾ ਪਿਛਲੇ ਕੋਵਿਡ ਦੇ ਦੌਰਾਨ ਗੱਲਬਾਤ ਤੇ ਕੀ ਅੱਜਕੱਲ ਹੈਗਾ ਅਸੀਂ ਜਦੋਂ ਵੀ ਮਿਡ-वेस्ट ਆਉਨੇ ਆਂ ਇੰਡੀਆ ਲਾਈਪਸ ਸਾਡੇ ਡੇਰੇ ਹੁੰਦੇ ਆ ਤੇ ਉਦੋਂ ਹੋਟਲ ਜਿਹੜਾ ਸਾਡਾ ਪੱਕਾ ਤਕਰੀਬਨ ਹੈਗਾ ਬੇਮਾਉਂਟ ਤੇ ਵਿਨਟੇਜ ਹੋਟਲ ਜਿਹੜਾ ਮਲਕੀ ਸਿੰਘ ਉਪਲ ਸਾਹਿਬ ਦੇ ਹੈਗੇ ਨੇ ਇਹਨਾਂ ਕੋਲ ਹੀ ਹਮੇਸ਼ਾ ਆਈਦਾ ਅੱਜ ਵੀ ਇਹਨਾਂ ਕੋਲ ਆਏ ਆ ਇਹਨਾਂ ਕੋਲ ਜਾਣਦੇ ਆ ਕਿ ਕੀ ਵਿਚਾਰ ਹੈਗੇ ਨੇ ਪਾਜੀ ਸਤਿ ਸ਼੍ਰੀ ਅਕਾਲ ਬਹੁਤ ਬਸਵਾ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੱਸ ਪੰਜਾਬੀ ਟੀਵੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਸਾਡੇ ਸ਼ਹਿਰ ਵਿੱਚ ਆਣ ਕੇ ਅਰਾਉਣ ਕਾ ਲਾਈਆਂ ਹਨ ਤੇ ਹੋਰ ਗੱਲ ਕਰਦੇ ਆ ਬਾਕੀ ਮੈਂ ਵੀ ਤੁਹਾਡਾ ਪਹਿਲਾਂ ਧੰਨਵਾਦ ਕਰਦਾ ਜੀ ਕਿ ਜਦੋਂ ਵੀ ਅਸੀਂ ਆਈਦਾ ਸਾਨੂੰ ਖਿੜੇ ਮੱਥੇ ਮਿਲਦੇ ਹੋ ਔਰ ਸਾਡੇ ਵਾਸਤੇ ਰੂਮ ਜਿਹੜੇ ਆ ਉਹ ਖੁੱਲੇ ਰਹਿੰਦੇ ਨੇ ਜੀ ਜੀ ਥੈਂਕ ਯੂ ਤੇ ਹਾਂਜੀ ਮੈਂ ਜਨਾ ਚਾਹੁੰਦਾ ਸਾਡੇ ਦਰਸ਼ਕਾਂ ਵਾਸਤੇ ਵੀ ਜੇ ਪਿਛਲੇ ਦੌਰਾਨ ਜੋ ਸਾਲ ਤੋਂ ਵੱਧ ਹੋ ਗਿਆ ਤੇ ਕੀ ਮਾਹੌਲ ਰਿਹਾ ਤੁਹਾਡਾ ਹੋਟਲ ਬਿਜ਼ਨਸ ਦਾ ਹਾਂਜੀ ਕਿਉਂਕਿ ਪਹਿਲਾਂ ਤਾਂ ਬਿਜ਼ਨਸ ਬਹੁਤ ਵਧੀਆ ਸੀ ਆ ਕੋਵਿਡ 19 ਥਰੂ ਜਦੋਂ ਦਾ ਮਾਰਚ ਤੋਂ ਸ਼ੁਰੂ ਹੋਇਆ ਤੇ ਪੂਰਾ ਸਾਲ ਹੋ ਗਿਆ 13 ਮਹੀਨੇ ਹੋ ਗਏ ਅੱਜਕੱਲ ਤੇ ਬਹੁਤ ਡਾਊਨ ਰਿਹਾ ਤਕਰੀਬਨ 0 ਤੇ ਸੀਗਾ ਤਕਰੀਬਨ 30 20 22 30 ਪਰਸੈਂਟ ਅਕੂਪੈਂਸੀ ਸੀਗੀ ਤੇ ਪਹਿਲਾਂ ਤੋਂ ਜਿੱਦਾਂ 80 ਪਰਸੈਂਟ ਅਕੂਪੈਂਸੀ ਤੋਂ ਔਰ ਜੀ 25 ਤੋਂ 30 ਪਰਸੈਂਟ ਅਕੂਪੈਂਸੀ ਆ ਗਈ ਸੀਗੀ ਹੁਣ ਆ ਲਾਸਟ ਮੰਥ ਤੋਂ ਥੋੜਾ ਜਿਹਾ ਪਿਕਅਪ ਹੋਣ ਲੱਗਾ ਆ ਥੋੜਾ ਜਿਹਾ ਆਪਣੇ ਇਵੈਂਟ ਵੀ ਸ਼ੁਰੂ ਹੋਏ ਆ ਡਾਊਨ ਟਾਊਨ ਸੈਂਟਰ ਵਿੱਚ ਤੇ ਥੋੜਾ ਜਿਹਾ ਅੱਗੇ ਨਾਲ ਲੱਗ 50% ਅਕੂਪੈਂਸੀ ਹੁਣ ਹੋਣ ਲੱਗੀ ਹੈ ਜੀ ਤੇ ਆਸ ਕਰਦੇ ਆ ਕਿ ਥੋੜੇ ਮਹੀਨੇ ਅਗੇ ਨੈਕਸ ਥੋੜੇ ਮੰਥ ਤਾਈਂ ਕਿ ਵਧੀਆ ਬਿਜ਼ਨਸ ਦੀ ਬਹੁਤ ਸਭਾਵਨਾ ਹੈ ਇਹ ਅੱਛਾ ਤੇ ਫਿਰ ਕਾਫੀ ਜਦੋਂ ਮੰਦਾ ਰਿਹਾ ਹਾਲ ਹੋਟਲਾਂ ਦਾ ਤੇ ਫਿਰ ਕਿਵੇਂ ਸਰਵਾਈਵ ਕੀਤਾ ਇੱਕ ਤਾਂ ਚਲੋ ਮੇਰੇ ਖਿਆਲ ਗਵਰਨਮੈਂਟ ਨੇ ਵੀ ਥੋੜੀ ਬਹੁਤ ਹੈਲਪ ਕੀਤੀ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਤੇ ਜਿਹੜੇ EMPLOYE ਵਗੈਰਾ ਸੀਗੇ ਫਿਰ ਉਹ ਵੀ ਮੈਨੂੰ ਲੱਗਦਾ ਉਹਨਾਂ ਨੂੰ ਘਰੇ ਬੈਠਣ ਨੂੰ ਪੈਸੇ ਵੱਧ ਮਿਲਣ ਲੱਪੇ ਹੁਣ ਇੱਥੇ ਨਾਲੋਂ ਜੀ ਤੇ EMPLOYE ਟਿਕੇ ਰਹੇ ਕਿ EMPLOYE ਚਲ ਗਏ ਸੀ ਨਹੀਂ ਨਹੀਂ EMPLOYE ਤਾਂ ਫਿਰ ਉਦੋਂ ਨਹੀਂ ਇੰਪੋਰਟ ਨਹੀਂ ਕਰ ਸਕਦੇ ਸੀ ਕਿਉਂਕਿ ਬਿਜ਼ਨਸ ਨਹੀਂ ਸੀਗਾ ਤੇ ਸਾਨੂੰ EMPLOYE ਨੂੰ ਨਹੀਂ ਇੰਪੋਰਟ ਕਰਕੇ ਸਾਨੂੰ ਉਹਨਾਂ ਨੂੰ ਫਾਇਰ ਕਰਨਾ ਪਿਆ ਜਾਂ ਉਹਨਾਂ ਨੂੰ ਜਵਾਬ ਦੇਣਾ ਪਿਆ ਤੇ ਇਹਦੇ ਵਿੱਚ ਸਾਨੂੰ ਕੋਈ ਚੋਇਸ ਨਹੀਂ ਸੀਗੀ ਪਰ ਹੁਣ ਜਦਾਂ ਬਿਜ਼ਨਸ ਅੱਗੇ ਨਾਲ ਵਧ ਰਿਹਾ ਹੁਣ ਫਿਰ EMPLOYEES ਦੀ ਬਹੁਤ ਪ੍ਰੋਬਲਮ ਆ ਰਹੀ ਹੈ ਕਿਉਂਕਿ ਸਪੈਸ਼ਲੀ ਇੱਥੇ ਵੇਰਹਾਊਸ ਬਹੁਤ ਆ ਗਏ ਆ ਕਿ ਵੇਰਹਾਊਸਾਂ ਨੇ ਕਰਕੇ EMPLOYEES ਦੀ ਸਭ ਤੋਂ ਜ਼ਿਆਦਾ ਅੱਜ ਕੱਲ ਇਹ ਹੀ ਤੰਗੀ ਆ ਜਿਹੜੇ EMPLOYEES ਨਹੀਂ ਮਿਲ ਰਹੇ ਸਭ ਤੋਂ ਵੱਡੀ ਹੋਰ ਮੇਰੇ ਸਾਹਮਣੇ ਤਾਂ ਤਾਂ ਠੀਕ ਹੀ ਆ ਹੋਰ ਬਿਜ਼ਨਸ ਤਾਂ ਵਧੀਆ ਆ ਪਰ ਫਿਰ ਵੀ ਫਿਰ ਵੀ ਅਗਰ ਅਸੀਂ ਦੇਖੀਏ ਤੇ ਅੱਜ ਕੱਲ ਜਦੋਂ EMPLOYEES ਨਹੀਂ ਮਿਲ ਰਹੇ EMPLOYEES ਜਿਹੜੇ ਨੇ ਉਹਨਾਂ ਨੂੰ ਜਾਂ ਘਰੇ ਬੈਠੇ ਪੈਸੇ ਵੱਧ ਮਿਲ ਰਹੇ ਜਾਂ ਹੋਰ ਵੇਅਰ ਹਾਊਸ ਵਾਲੇ ਪੈਸੇ ਵੱਧ ਦੇ ਰਹੇ ਨੇ ਤੇ ਫਿਰ ਕਿਵੇਂ ਕੰਮ ਚਲਾਉਨੇ ਹੋ ਤੁਹਾਡੇ ਤੇ ਜਿਆਦਾ ਬੋਝ ਆ ਗਿਆ ਆਪਣੇ ਪਰਿਵਾਰ ਦੇ ਮੈਂਬਰ ਨਾਲ ਕੰਮ ਕਰਦੇ ਫਿਰ ਹਾਂਜੀ ਹਾਂਜੀ ਬਸ ਇਹੀ ਹੈ ਜੀ ਹੁਣ ਆ ਮਹੀਨਾ ਖੋ ਗਿਆ ਹੁਣ ਬਿਜ਼ਨਸ ਥੋੜਾ ਪਿਕਅਪ ਹੋਣ ਲੱਗਾ ਇਹਦੇ ਕਰਕੇ ਸਾਨੂੰ ਵੀ ਆਪ ਕਿਵੇਂ ਕੰਮ ਕਰਨਾ ਪੈਂਦਾ ਆ ਤੇ ਹੋਰ ਵੀ ਜਿਆਦਾ ਇਹ ਹੀ ਪ੍ਰੋਬਲਮ ਪੈ ਰਹੀ ਆ ਏਮਪਲੋਈ ਦੀ ਅੱਜਕੱਲ੍ਹ ਤੇ ਆਪ ਵੀ ਸਾਰੀ ਫੈਮਲੀ ਆਪ ਕਈ ਵਾਰੀ ਆ ਹਣ ਜਦੋਂ ਪਹਿਲਾਂ ਤਾਂ ਨਹੀਂ ਸੀ ਕਰਦੇ ਪਰ ਹੁਣ ਇਦਾਂ ਦੀ ਸਿਚੁਏਸ਼ਨ ਵਿੱਚ ਸਾਨੂੰ ਆਪ ਵੀ ਬਾਹਾ ਕੰਮ ਕਰਨਾ ਪੈ ਰਿਹਾ ਹੈ लास्ट ਮੰਥ ਤੋਂ ਬਿਲਕੁਲ ਤੇ ਕਿੰਨੀ ਦੇਰ ਤੋਂ ਤੁਸੀਂ ਹੈਗੇ ਜੀ ਹੋਟਲ ਬਿਜ਼ਨਸ ਦੇ ਵਿੱਚ ਹੋਟਲ ਬਿਜ਼ਨਸ ਅਸੀਂ ਕਿ ਤਕਰੀਬਨ 15 ਸਾਲ ਤੋਂ ਆ ਜੀ ਅੱਛਾ ਜੀ ਤੇ ਵਧੀਆ ਬਿਜ਼ਨਸ ਹੈਗਾ ਇਹ ਦੋ ਹੋਟਲ ਹੀ ਆ ਵੈਂਟੇਜ ਤੇ ਇਹ ਬੇਮਾਉਂਟ ਜਾਂ ਹੋਰ ਵੀ ਹਾਂ ਜੀ ਵੈਂਗੇਜ ਤੇ ਬੇਮਾਉਂਟ ਹਾਂ ਜੀ ਇਹ ਅਜੇ ਤਾਂ ਦੋ ਹੀ ਆ ਤੇ ਗਾਂਹ ਹੋਰ ਵੀ ਬਿਜ਼ਨਸ ਸਿਗੇ ਜਦਾਂ ਇਕੱਲੇ ਇਹ ਨਹੀਂ ਗਾ ਹੋਰ ਵੀ ਸਾਡੇ ਨਾਲ ਇਹਦੇ ਨਾਲ ਲਿੰਕ ਹੋਰ ਵੀ ਬਿਜ਼ਨਸ ਹੈਗੇ ਆ ਜਿਹੜੇ ਮਾਲਕੀ ਟ੍ਰਿਪਲ 넷 ਲੀਸ ਵਾਲੇ ਵੀ ਆ ਸਾਤੋਂ ਤੇ ਉਹ ਰੈਂਟ ਤੇ ਦਿੱਤੇ ਆ ਤੇ ਸਾਈਡ ਤੇ ਪ੍ਰਾਪਰਟੀਆਂ ਹੈਗੀਆਂ ਜਿੱਦਾਂ ਅਮ ਤਾਂਹੀਂ ਚੱਲੀ ਗਿਆ ਅੱਛਾ ਮੈਂ ਦੇਖ ਰਿਹਾ ਸੀ ਵੀ ਇਸ ਇਲਾਕੇ 'ਚ ਬਾਹਲੇ ਨਹੀਂ ਤਾਂ 15 16 ਹੋਟਲ ਹੋਣਗੇ ਉਹਦਾ ਕੀ ਕਾਰਨ ਹੈ ਇੱਥੇ ਕਿਸ ਤਰ੍ਹਾਂ ਦੇ ਜਿਹੜੇ ਕਿ ਟੂਰਿਸਟ ਆਉਂਦੇ ਆ ਜਾਂ ਕੌਣ ਆਉਂਦੇ ਆ ਜਾਂ ਬਿਜ਼ਨਸ ਵਾਲੇ ਜ਼ਿਆਦਾ ਆਉਂਦੇ ਨੇ ਕਿ ਕਿਤੇ ਚਲੋ 에어ਪੋਰਟ ਨੇੜੇ ਹੋਣ ਕਰਕੇ ਹੈਗਾ ਤੇ ਹੋਰ ਕੀ ਕਾਰਨ ਹੈਗਾ ਵੀ ਇੰਨੇ ਹੋਟਲ ਨੇ ਔਰ ਸਾਰੇ ਹੀ ਕੰਮ ਚੱਲਦਾ ਹੀ ਹੋਏਗਾ ਹਾਂਜੀ ਹਾਂਜੀ ਇੱਥੇ ਕਿਉਂਕਿ ਇਹ ਹੋਟਲ ਤਾਂ ਬਹੁਤ ਜ਼ਿਆਦਾ ਆ ਇੱਥੇ ਇਸ ਕੋਨ ਦੇ ਵਿੱਚ 14-15 ਹੋਟਲ ਹੋਣੇ ਆ ਤੇ ਜਿਹੜੇ ਕੀ ਬਿਜ਼ਨਸ ਤਾਂ ਬਹੁਤ ਵਧੀਆ ਸੀ ਲਾਸਟ ਮਲਕੀ 10 ਸਾਲਾਂ ਦਾ ਬਹੁਤ ਵਧੀਆ ਬਿਜ਼ਨਸ ਚੱਲ ਰਿਹਾ ਸੀ ਤੇ ਹੁਣ ਇਹਦਾ ਕਰਕੇ ਕਿਉਂਕਿ ਇਵੈਂਟ ਬਹੁਤ ਅਪਡੇਟ ਹੋਏ ਆ ਡਾਊਨ ਟਾਊਨ ਜਿਹੜੇ ਇਵੈਂਟ ਹੋਏ ਆ ਉਹ ਬਹੁਤ ਐਡ ਹੋਏ ਆ ਥੋੜੇ ਸਾਲਾਂ ਤੋਂ ਉਹਦਾ ਕਰਕੇ ਬਿਜ਼ਨਸ ਵੀ ਹੋਟਲ ਵੀ ਬਹੁਤ ਬਿਲਡ ਅਪ ਹੋਏ ਆ ਪਰ ਉਹਦੇ ਨਾਲ ਨਾਲ ਬਿਜ਼ਨਸ ਵੀ ਵਧੀਆ ਹੋਇਆ ਸੀ ਸਿਰਫ 4019 ਦਾ ਕਰਕੇ ਇਹਦਾ ਕਰਕੇ ਤੁਹਾਡਾ ਜਿਆਦਾ ਟਪ ਹੋਇਆ ਕੰਮ ਤੇ ਹੋਰ ਤਾਂ ਬਿਜ਼ਨਸ ਤਾਂ ਬਹੁਤ ਵਧੀਆ ਰਿਹਾ ਆ ਪਹਿਲਾਂ ਤੋਂ ਤੁਹਾਡੇ ਸਾਲਾਂ ਦਾ ਤੇ ਕੁਝ ਹੋਟਲ ਤੁਹਾਨੂੰ ਲੱਗਦਾ ਕਿ ਬੰਦ ਵੀ ਹੋਏ ਹੋਣਗੇ ਦੁਨੀਆ ਦੇ ਵਿੱਚ ਜਾਂ ਤੁਹਾਡੇ ਸ਼ਹਿਰ ਚ ਜਾਂ ਅਮਰੀਕਾ ਦੇ ਵਿੱਚ ਹਾਂਜੀ ਹਾਂਜੀ ਬਹੁਤ ਬਹੁਤ ਇਫੈਕਟ ਪਿਆ ਸਪੈਸ਼ਲੀ ਜਿਹੜੇ ਸੀਗੇ ਆਪਣੇ ਟੂਰਿਸਟ ਪਲੇਸਿਸ ਸੀਗੇ ਜਿੱਦਾਂ ਜਿੱਦਾਂ ਫਲੋਰਡ ਆ ਲਾ ਲਓ ਕਿ ਜਿਹੜੇ ਮੇਨ ਟੂਰਿਸਟ ਉਹਨਾਂ ਨੂੰ ਜਿਆਦਾ ਇਫੈਕਟ ਪਿਆ ਵੱਡੇ ਹੋਟਲ ਸੀਗੇ ਉਹਨਾਂ ਦੇ ਜਿਆਦਾ ਐਕਸਪੈਂਸਿਵ ਸੀਗੇ ਚਲੋ ਸਾਡੇ ਛੋਟੀ ਚੇਨ ਆ ਅਸੀਂ ਆਪਣਾ ਵੀ ਕੰਮ ਕਰਕੇ ਅਸੀਂ ਆਪਣਾ ਬੋਟ ਕਰ ਸਕਦੇ ਆ ਤੇ ਬਾਕੀ ਜਿਹੜੀ ਗਵਰਨਮੈਂਟ ਦੀ ਹੈਲਪ ਹੈ ਤਾਂ ਬਹੁਤ ਵੱਡੀ سپورਟ ਸਾਨੂੰ ਰਹੀ ਹੈ ਇਸ ਟਾਈਮ 'ਚ ਗਵਰਨਮੈਂਟ ਨੇ ਬਹੁਤ ਜ਼ਿਆਦਾ سپورਟ ਕੀਤੀ ਆ ਕਿ ਇਹਦੇ ਵਿੱਚ ਜੇ ਉਹਨਾਂ سپورਟ ਹੁੰਦੀ ਕਿ ਮੇਰੇ ਹਿਸਾਬ ਨਾਲ ਕਿ ਮੋਹੱਤਲਾ ਦਾ ਇੰਡਸਟਰੀ ਬਹੁਤ ਬੈਡ ਸਿਚੁਏਸ਼ਨ ਚਲ ਜਾਨੀ ਸੀ ਬਿਲਕੁਲ ਜੀ ਜੇ ਕਿ ਇੰਡੀਆ ਵਾਲਾ ਹਾਲ ਹੁੰਦਾ ਇੰਡੀਆ ਵਾਲਿਆਂ ਤੋਂ ਬਿਲਕੁਲ ਹੀ ਪੱਠੇ ਬਿਠਾਤਾ ਸਾਰੇ ਬਿਜ਼ਨਸਾਂ ਦਾ ਕੋਈ ਪੈਸਾ ਦੇਣ ਦੀ ਗੱਲ ਤਾਂ ਦੂਰ ਹੈ ਉਹ ਤਾਂ ਕਹਿੰਦੇ ਜੀ ਸਰਕਾਰ ਨੇ ਆਪਣੇ ਅਕਾਊਂਟ ਦੇ ਦਿੱਤੇ ਵੀ ਆ ਸਾਡਾ ਅਕਾਊਂਟ ਨੰਬਰ ਲਓ ਤੇ ਚ ਪੈਸੇ ਪਾਓ ਹਾਂਜੀ ਹਾਂਜੀ ਜਿਹੜਾ ਪੀਪੀ ਲੋਨ ਵਾਲੀ ਬਹੁਤ ਵੱਡੀ سپورਟ ਇਹਦੇ ਨਾਲ ਹੋ ਗਈ ਆ ਤੇ ਬਾਕੀ ਬਾਕੀ ਆਈ ਹੋਪ ਕਰਦੇ ਆ ਕਿ ਬਿਜ਼ਨਸ ਵਧੀਆ ਹੋ ਜਾਊਗਾ ਪਰ ਥੋੜਾ ਜਿਹਾ ਖੁੱਲਿਆ ਕੋਵਿਡ 19 ਕਰਕੇ ਓਵਰ ਹੋਈ ਜਾਂਦਾ ਹੁਣ ਜਦੋਂ ਇਹਦਾ ਲੱਗਦਾ ਹੈਗਾ ਸਾਲ ਦੇ ਐਂਡ ਤਾਈਮ ਵਧੀਆ ਬਿਜ਼ਨਸ ਨੈਕਸਟ ਈਅਰ ਤੇ ਬੜੀਆ ਹੋ ਜਾਊਗਾ ਬਹੁਤ ਧੇਰ ਪਹਿਲਾਂ ਤੁਹਾਡ ਨਾਲ ਗੱਲਬਾਤ ਕੀਤੀ ਸੀ ਇੱਕ ਵਾਰ ਫੇਰ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜੀ ਬੈਕਗ੍ਰਾਉਂਡ ਤੁਹਾਡੀ ਹੈਗੀ ਆ ਤੁਸੀਂ ਕਿਹੜਾ ਪਿੰਡ ਆ ਤੇ ਕਿਵੇਂ ਕਿਵੇਂ ਇਧਰ ਆਉਣ ਦਾ ਸੁਭਾਅ ਬਣਿਆ ਹਾਂਜੀ ਮੇਰਾ ਪਿੰਡ ਜੀ ਚਮਿਆਰਾ ਇਹ ਲਾਈਕ ਜਲੰਧਰ ਡਿਸਟ੍ਰਿਕਟ ਜਲੰਧਰ ਆ ਪੰਜਾਬ ਤੇ ਅਸੀਂ ਉਹਨਾਂ ਤੋਂ ਬਿਲੋਂਗ ਕਰਦੇ ਹਾਂ ਜਲੰਧਰ ਦੇ ਲਾਗੇ ਪੈਂਦਾ ਹਨ ਮਾਲ ਕੀ 5-6 ਕਿਲੋਮੀਟਰ ਤੇ ਪੈਂਦਾ ਆ ਹਾਂਜੀ ਅਸੀਂ ਉੱਥੋਂ ਹੀ ਖਾਲਸਾ ਕਾਲਜ ਪਹਿਲਾਂ ਸਟੱਡੀ ਕੀਤੀ ਉੱਥੋਂ ਹੀ ਆਏ ਆ ਬਲਕਿ ਸਾਨੂੰ ਹੋ ਗਿਆ 30 ਸਾਲ ਆਉ ਨੂੰ ਇੱਥੇ ਕੈਲੀਫੋਰਨੀਆ ਸੀਗੇ ਹਾਂਜੀ ਉੱਥੋਂ ਬਿਜ਼ਨਸ ਜਿੱਦਾਂ ਡਿਫਰੈਂਟ ਕਾਈਂਡ ਆਫ ਬਿਜ਼ਨਸ ਸੀ ਸ਼ੋਪਿੰਗ ਸੈਂਟਰ ਸੀਗਾ ਨਾਲ ਜਿਹੜਾ ਪਲਾਜ਼ਾ ਸੀਗਾ ਪਰ ਇੱਥੇ ਆਏ ਇਹ ਟੋਟਲੀ ਡਿਫਰੈਂਟ ਫੀਲਡ ਸੀਗੀ ਸਾਡੀ ਜਿਹੜੀ ਅਸੀਂ ਹੋਟਲ ਇੰਡਸਟਰੀ ਵਿੱਚ ਐਡ ਹੋਏ ਇਸ ਕਰਕੇ ਥੋੜੀ ਜਿਹੀ ਪਹਿਲਾਂ ਥੋੜਾ ਜਿਹਾ ਔਖਾ ਹੋਇਆ ਪਰ ਪਰਮਾਤਮਾ ਦੀ ਮਿਹਰ ਇਸ ਇਹਦੇ ਪਿੱਛੇ ਮੇਰੀ ਫੈਮਲੀ ਬਹੁਤ ਵੱਡੀ ਸਪੋਰਟ ਸੀਗੀ ਜਿਸ ਦਾ ਕਰਕੇ ਤੁਹਾਡਾ ਪਰਿਵਾਰ ਬਹੁਤ ਵੱਡੇ ਇਥੇ ਬਹੁਤ ਵੱਡੇ ਪਰਿਵਾਰ ਮਤਲਬ ਪੰਜਾਬ ਦੇ ਵਿੱਚ ਵੀ ਨਹੀਂ ਇੰਨੇ ਜੁਆਇੰਟ ਫੈਮਲੀਆਂ ਹੋਣੀਆਂ ਜਿੰਨੇ ਪਰਿਵਾਰ ਵੱਡੇ ਤੁਹਾਡੇ ਫੈਮਲੀ ਮੈਂਬਰ ਇਥੇ ਨੇ ਹਾਂਜੀ ਹਾਂਜੀ ਸਾਡਾ ਬਹੁਤ ਵੱਡਾ ਪਰਿਵਾਰ ਆ ਜਿਹਦੇ ਵਿੱਚ ਅਸੀਂ ਸਾਰੇ ਇੱਕ ਦੂਜੇ ਨਾਲ ਰਲ ਮਿਲ ਕੇ ਚੱਲਦੇ ਆ ਸਾਡੇ ਫਾਦਰ ਸਾਹਿਬ ਫਾਜ਼ਿਲullah ਸਾਹਿਬ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਆ ਇਸ ਫੈਮਲੀ ਨੂੰ ਤੇ ਉਹਨਾਂ ਦੀ ਸਪੋਰਟ ਕਰਕੇ ਸਾਰਾ ਜਿਹੜਾ ਪਰਿਵਾਰ ਆ ਉਹ ਇਕੱਠਾ ਹੀ ਆ ਉਹਨਾਂ ਦੀ ਜਿੱਦਾਂ ਕਹਿੰਦੇ ਉਦਾਂ ਉਹਨਾਂ ਦੀ ਉਹ ਨਾ ਨੰ ਪਾਲੋ ਕਰਦੇ ਆ ਤੇ ਇਹ ਹੋਟਲ ਬਿਜ਼ਨਸ ਕਿੰਨਾ ਕੌਖਾ ਮੇਨਟੇਨੈਂਸ ਕਿੰਨੀ ਕੌਖੀ ਲੱਗਦੀ ਹੈ ਦੀ ਜਾਂ ਰੂਟੀਨ ਦੇ ਵਿੱਚ ਚੱਲੀ ਜਾਂਦੀ ਹੈ ਹਾਂਜੀ ਹਾਂਜੀ ਮੈਂ ਸਰ ਹੈਗਾ ਤਾਂ ਕੋਈ ਕੰਮ ਸੌਖਾ ਨਹੀਂ ਵੈਸੇ ਇਹ ਜਦਾਂ ਮੈਨੇਜਮੈਂਟ ਤੁਹਾਡੀ ਚੰਗੀ ਆ ਫਿਰ ਤਾਂ ਤੁਹਾਨੂੰ ਫਿਕਰ ਨਹੀਂਗਾ ਮੈਨੇਜਮੈਂਟ ਤੇ ਬਹੁਤ ਡਿਪੈਂਡ ਕਰਦਾ ਹੈ ਬਿਜ਼ਨਸ ਕਿੱਦਾਂ ਲਿਆਉਣਾ ਕਿੱਥੋਂ ਲਿਆਉਣਾ ਤੇ ਸਭ ਤੋਂ ਵੱਡੀ ਮੈਨੇਜਮੈਂਟ ਉਹ ਜ਼ਿਆਦਾ ਡਿਪੈਂਡ ਕਰਦਾ ਬਾਕੀ ਇਹਨੂੰ ਮੇਨਟੇਨੈਂਸ ਰੱਖਣਾ ਤੇ ਅਪਡੇਟ ਕਰਦੇ ਰਹਿਣਾ ਸਾਲ ਬਾਅਦ 2 ਸਾਲ ਬਾਅਦ ਇੱਥੇ ਤੁਸੀਂ ਜਰੂਰ ਪੈਸੇ ਸਪੈਂਡ ਕਰਨੇ ਚਾਹੀਦੇ ਆ ਚੰਗ ਪ੍ਰੋਪਰਟੀ ਵਧੀਆ ਰੱਖੋ ਤਾਂ ਹੀ ਕਸਟਮਰ ਵੀ ਤਾਂ ਹੀ ਹੈਪੀ ਹੋਣਗੇ ਤੁਹਾਡਾ ਵਧੀਆ ਰੇਟਿੰਗ ਵਧੀਆ ਹੋਊਗਾ ਤੇ ਉਹ ਤਾਂ ਹੀ ਤੁਹਾਡਾ ਬਿਜ਼ਨਸ ਅਪ ਹੋਊਗਾ ਜੇ ਤੁਸੀਂ ਪੈਸੇ ਨਾ ਸਪੈਂਡ ਕਰੋਗੇ ਫੇ ਮੇਰੇ ਹਿਸਾਬ ਨਾਲ ਤਾਂ ਕੋਈ ਕੋਈ ਨਾ ਵਧੀਆ ਕੰਮ ਨਹੀਂਗਾ ਹਾਂ ਜੀ ਨਹੀਂ ਚਲੋ ਜੀ ਬਹੁਤ ਮਿਹਰਬਾਨੀ ਮਲਕੀਤ ਪਾਜੀ ਤੁਹਾਡੀ ਬਹੁਤ ਮਿਹਰ ਧੰਨਵਾਦ ਤੁਹਾਡਾ ਕਿ ਸਾਡੇ ਨਾਲ ਜੁੜੇ ਹੋ ਔਰ ਸਾਨੂੰ ਹਰ ਵੇਲੇ ਇੱਥੇ ਆਇਆ ਨੂੰ ਸਾਰਾ ਕੁਝ ਪ੍ਰੋਵਾਈਡ ਕਰਦੇ ਹਾਂ ਬਹੁਤ ਮਿਹਰਬਾਨ ਹਾਂ ਜੀ ਥੈਂਕ ਯੂ ਜੀਤ ਮਿਹਰਬਾਨੀ ਤੇ ਘਰਾਂ ਵਿੱਚ ਬੈਠੇ ਜਿਹੜੇ ਦਰਸ਼ਕ ਆ ਉਹ ਵੀ ਅੱਜ ਦਾ ਪ੍ਰੋਗਰਾਮ ਜਿਹੜਾ ਦੇਖ ਰਿਹਾ ਸੀ ਜੀ ਇੰਡੀਅਨ ਐਪਲਸ ਤੋਂ ਬੇਮਾਉਂਟ ਹੋਟਲ ਆ ਗਿਆ ਇਹ ਜਿੱਥੇ ਅਸੀਂ ਤਕਰੀਬਨ ਆ ਕੇ ਠਹਿਰੀ ਦਾ ਮਲਕੀ ਸਿੰਘ ਉਪਾਲ ਸਾਹਿਬ ਉਹਨਾਂ ਨਾਲ ਗੱਲ ਕਰ ਰਹੀ ਸੀ ਹੋਟਲ ਬਿਜ਼ਨਸ ਬਾਰੇ ਸੋ ਵਕਫ ਵਕ ਗੱਲਾਂ ਜਿਹੜੀਆਂ ਤੁਹਾਡੇ ਰੂਬਰੂ ਕਰਦੇ ਰਹੀਦਾ ਕਰਨ ਦੀ ਕੋਸ਼ਿਸ਼ ਕਰਦੇ ਰਹੀਦਾ ਤੇ ਉਮੀਦ ਕਰਦੇ ਹਾਂ ਪਸੰਦ ਕਰ ਵੀ ਕਰਦੇ ਹੋਵੋਗੇ ਤੇ ਇੱਥੋਂ ਸਾਡਾ ਕੱਲ ਨੂੰ ਲਾਸਟ ਹੋਏਗਾ ਪ੍ਰੋਗਰਾਮ ਉਸ ਤੋਂ ਬਾਅਦ ਸ਼ਨੀਵਾਰ ਪਹੁੰਚਾਂਗੇ ਅਸੀਂ ਕੈਲੀਫੋਰਨੀਆ ਤੇ ਐਤਵਾਰ ਨੂੰ ਪ੍ਰੋਗਰਾਮ ਜਿਹੜੇ ਆ ਸਟਾਕਟਨ ਗੁਰੂ ਘਰ ਤੋਂ ਵਿਸਾਖੀ ਦੇ ਪ੍ਰੋਗਰਾਮ ਉੱਥੇ ਹੋ ਰਹੇ ਨੇ ਔਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਉਹ ਪ੍ਰੋਗਰਾਮ ਸਾਰਾ ਜਿਹੜਾ ਤੁਹਾਨੂੰ ਲਾਈਵ ਦਿਖਾਈਏ ਔਰ ਕਰਾਂਜ ਬੈਠੇ ਦਰਸ਼ਕਾਂ ਨੂੰ ਪੂਰੀ ਦੁਨੀਆ ਦੇ ਵਿੱਚ ਬੈਠੇ ਦਰਸ਼ਕਾਂ ਨੂੰ ਇਹ ਪ੍ਰੋਗਰਾਮ ਲਾਈਵ ਦਿਖਾਈਏ ਸਟਾਕਟਨ ਗੁਰੂ ਘਰ ਤੋਂ ਤੇ ਵੈਸੇ ਹੁਣ ਪ੍ਰੋਗਰਾਮ ਸ਼ੁਰੂ ਹੋ ਗਏ ਨੇ ਇਵੈਂਟਸ ਸ਼ੁਰੂ ਹੋ ਗਈਆਂ ਨੇ ਬਹੁਤ ਸਾਰੀਆਂ ਬਹੁਤ ਧਾਰਮਿਕ ਇਵੈਂਟਸ ਸ਼ੁਰੂ ਹੋ ਗਈਆਂ ਨੇ ਅੰਮ੍ਰੋਲ ਦੇ ਨਾ ਟੂਰਨਾਮੈਂਟ ਸਭਿਆਚਾਰਕ ਮੇਲੇ ਵੀ ਜਰੂਰ ਸ਼ੁਰੂ ਹੋਣਗੇ ਤੁਸੀਂ ਵੀ ਆਪਣੇ ਸ਼ਹਿਰ ਦੇ ਵਿੱਚ ਕੋਈ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਜਾਂ ਬਿਜ਼ਨਸ ਦੀ ਪ੍ਰਮੋਸ਼ਨ ਕਰਨੀ ਚਾਹੁੰਦੇ ਹੋ ਤਾਂ ਈਮੇਲ ਕਰੋ jaggi@justbroadcasting.com ਜਾਂ ਫਿਰ info@justbroadcasting.com ਇਸ ਤੋਂ ਇਲਾਵਾ ਫੇਸਬੁੱਕ ਟਵਿੱਟਰ ਆ ਮੇਰਾ ਵਟਸਐਪ ਨੰਬਰ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 2094503362 ਕਿਤੇ ਵੀ ਸੰਪਰਕ ਕਰ ਸਕਦੇ ਹੋ ਅਕੀਰ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰੱਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ